श्री वाहिगुरु साहिब जी, एक अदुत्ति गुरु नानक देवा, ओंकार अंगद अभिवा, सतनाम गुरु अमर प्यारे, करता रामदास गुरवारे, गुरख श्री अर्जुन गतबानी, निर्भउ हर गोबिंद लखानी, निर्वैर श्री गुरु हर राय, अकाल मूरत श्री कृष्ण ध्याए, अजूनी तेग बहादुर राई, सैभं गुर दशमेश सहाय, गुर प्रसाद ग्रंथ गुर ज्ञाना, वाहिगुरु बंदन भगवाना। मैं मूर्ख की केतक बात है, कोट बराती हरियारे, गुर नानक जिन सुनिया पीखिया, से फिर गर्भास ना परियारे, भूख उचरह शास्त्र खट, पेंग गिरन चढ़ जाहे, अंध लखे बदरो सुने, जब काल कृपा कराए, कहा बुद्ध प्रभु तुच्छ हमारी, बरन सकै महिमा जो तिहारी, हम ना सकत कर सिखत तुम्हारी, आप ले हो तुम कथा सुधारी, तुमरी शरण तुम्हारी आसा, तुम ही सचन सुहिरे, राखहु राखनहार दयाला, नानक करके बोले। सतनाम श्री वाहिगुरु साहिब जी। श्लोक महला पहला। पढ़ पढ़ गड्डी लद्दी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डी है खात, पढ़ पढ़ गड्डी लद्दी है, पढ़ पढ़ भरी है साथ। सतपुरां दी साजी निवाजी और अत प्यारी गुरु खालसा साध संगत जी, वाहिगुरु जी का खालसा, वाहिगुरु जी की फतेह। बड़ा वडभागी समा है, अमृत वेले श्री गुरु ग्रंथ साहिब जी के हजूर बैठे हों, बड़े वडभागी हों। सतगुरां ने कृपा मेहरामत कीती है, अमृत वेले प्रकाशमान हो के सानू जीवां नू खुले दर्शन दे तारे बख्शी हन, बड़ी कृपा मेहरामत है सतगुरां दी। गुरमुख जना ने बड़े प्रेम सत्कार दे नाल, भाव भावनी दे नाल गुरबाणी नितनेम दे जाप आप संत नू सरवण करवाए ने, आप संत ने सत्कार दे नाल सरवण कीते हन। आओ मनोबिरतियां नूं एकागर करिए, जो लड़ीवार श्री आसा जी की वार की कथा प्रारंभ है उहदे नाल जुड़िए। सतगुरु जी नामे सलोक दे विच नामी पौड़ी दे अंदर की पावन उपदेश बख्शदे ने, सरवण करन दे वास्ते मनोबिरतियां नूं एकागर करिए, प्रेम सत्कार दे विच भेज के आखिए जी सतनाम श्री वाहिगुरु साहिब जी।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਧੰਨ ਜਗਤ ਸੁਆਮੀ ਜਗਤ ਦੇ ਕਰਤਾ ਪੁਰਖ ਗੁਰੂ ਨਾਨਕ ਦੇਵ ਜੀ, ਨਿਰੰਕਾਰ ਪਰਮਾਤਮਾ ਜੀ, ਪਵਿੱਤਰ ਅਕਾਲੀ ਬਾਣੀ ਸ੍ਰੀ ਆਸਾ ਜੀ ਕੀ ਵਾਰ ਕੇ ਅੰਦਰ ਨਾਵੇਂ ਸਲੋਕ ਦੇ ਅੰਦਰ ਪਾਵਨ ਉਪਦੇਸ਼ ਬਖਸ਼ ਰਹੇ ਹਨ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ। ਆਮ ਤੌਰ 'ਤੇ ਸੰਪਰਦਾਵਾਂ ਦੇ ਵੱਲੋਂ ਦੋ ਅਰਥ ਨਿਕਲਦੇ ਨੇ, ਦੋ ਉਥਾਨਕਾਂ ਬੰਨੀਆਂ ਨੇ। ਪਹਿਲੀ ਉਥਾਨਕਾ ਜਿਵੇਂ ਕਿ ਪਹਿਲੇ ਸਲੋਕ ਤੋਂ ਲੈ ਕੇ ਨਾਵੇਂ ਸਲੋਕ ਤੱਕ ਪਾਕ ਪਟਨਮ ਦੀ ਧਰਤੀ ਜਿੱਥੇ ਸਤਿਗੁਰਾਂ ਨੇ ਜਗਤ ਜਲੰਧੇ ਨੂੰ ਤਾਰਿਆ, ਕਿਰਪਾ ਮਿਹਰਾਮਤ ਵਰਸਾਈ, ਉੱਥੇ ਸੇਖ ਬ੍ਰਹਮ ਜੀ ਦੇ ਨਾਲ ਜਿਹੜੇ ਵਚਨ ਵਿਲਾਸ ਹੋਏ, ਸੇਖ ਬ੍ਰਹਮ ਜੀ ਨੇ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ, ਸਤਿਗੁਰਾਂ ਨੇ ਕਿਰਪਾ ਵਰਤਾਈ, ਇੱਕ ਤੇ ਇਹ ਉਥਾਨਕਾ ਆਉਂਦੀ ਹੈ। ਦੂਸਰੀ ਸਾਖੀ ਜੁੜਦੀ ਹੈ ਕਿ ਜਦੋਂ ਸਤਿਗੁਰੂ ਜੀ ਕਸ਼ਮੀਰ ਦੇ ਵਿੱਚ ਗਏ, ਉੱਥੇ ਇੱਕ ਬੜਾ ਹੰਕਾਰੀ ਪੰਡਿਤ ਸੀ ਜਿਹਨੇ ਵਿੱਦਿਆ ਬਹੁਤ ਪੜ੍ਹੀ ਸੀ। ਵਿੱਦਿਆ ਪੜ੍ਹ ਕੇ ਅਤੇ ਗੱਡੇ ਲੱਦ ਕੇ ਕਿਤਾਬਾਂ ਦੇ ਲੈ ਆ ਰਿਹਾ ਸੀ। ਰਾਸਤੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਿਲ ਗਏ। ਉਸਨੇ ਮਹਾਰਾਜ ਸਾਹਿਬ ਜੀ ਨਾਲ ਵੀ ਚਰਚਾ ਕਰਨੀ ਚਾਹੀ, ਪਰ ਸਤਿਗੁਰੂ ਜੀ ਨੇ ਕਿਹਾ ਕਿ ਤੇਰਾ ਅੰਦਰੋਂ ਮਨ ਨਹੀਂ ਟਿਕਿਆ। ਕਿਤਾਬਾਂ ਭਾਵੇਂ ਤੂੰ ਜਿੰਨੀਆਂ ਮਰਜ਼ੀ ਪੜ੍ਹੀਆਂ, ਪਰ ਤੇਰਾ ਮਨ ਨਹੀਂ ਟਿਕਿਆ, ਤੂੰ ਅਜੇ ਗੁਰੂ ਨਹੀਂ ਧਾਰਨ ਕੀਤਾ। ਕੋਈ ਜਿੰਨਾ ਮਰਜ਼ੀ ਇਤਿਹਾਸ ਪੜ੍ਹ ਲਾ, ਜੋ ਕੁਝ ਮਰਜ਼ੀ ਕਰ ਲਾ, ਭਾਵੇਂ ਵੇਦਾਂ ਦਾ ਅਭਿਆਸ ਕਰ ਲਾ, ਭਾਵੇਂ ਸੁਰਤੀਆਂ ਨੂੰ ਕੰਠ ਕਰ ਲਾ, ਭਾਵੇਂ ਪੁਰਾਣਾਂ ਦਾ ਪਾਠੀ ਬਣ ਜਾ, ਪਰ ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਗੁਰੂ ਨਹੀਂ ਨਾ ਧਾਰਨ ਕਰਦਾ, ਤੇਰਾ ਪਾਰ ਉਤਾਰਾ ਨਹੀਂ। ਗੁਰਮਤਿ ਨੇ ਵੀ ਕਿਹਾ ਹੈ, ਸਤਿਗੁਰਾਂ ਦੀ ਗੁਰਬਾਣੀ ਵੀ ਵਰਣਨ ਕਰਦੀ ਹੈ, ਨਿਗੁਰੇ ਕਾ ਹੈ ਨਾਉ ਬੁਰਾ। ਜਿਹਦਾ ਕੋਈ ਗੁਰੂ ਨਹੀਂ ਉਹਦਾ ਤਾਂ ਨਾਂ ਲੈਣਾ ਵੀ ਕਹਿੰਦੇ ਬੁਰਾ ਹੈ। ਨਿਗੁਰੇ ਦੇ ਤਾਂ ਮਾੜੀ ਮਾੜੀ ਹਾਲਤ ਸਤਿਗੁਰਾਂ ਨੇ ਦੱਸੀ ਹੈ। ਇਸ ਕਰਕੇ ਉਹ ਪੰਡਿਤ ਹਿਰਦੇ ਵਿੱਚ ਗੱਲ ਵੱਜੀ ਕਿ ਸੱਚੀ ਮੈਂ ਗੁਰੂ ਨਹੀਂ ਕੋਈ ਧਾਰਨ ਕੀਤਾ। ਮਹਾਰਾਜ ਸਾਹਿਬ ਨੂੰ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਜੀ ਕਿਰਪਾ ਕਰੋ, ਆਪਦੀ ਕਿਰਪਾ ਮਿਹਰਾਮ ਕਰਕੇ ਮੈਨੂੰ ਦੱਸੋ ਕਿ ਮੈਂ ਗੁਰੂ ਕਿਹੜਾ ਧਾਰਨ ਕਰਾਂ। ਸਾਹਮਣੇ ਇੱਕ ਬੜੀ ਉੱਚੀ ਪਹਾੜੀ ਸੀ। ਸਤਿਗੁਰੂ ਜੀ ਕਹਿਣ ਲੱਗੇ ਕਿ ਉਹ ਪਹਾੜੀ 'ਤੇ ਤਿੰਨ ਮਹਾਤਮਾ ਬੈਠੇ ਨੇ, ਉਹਨਾਂ ਕੋਲ ਜਾ, ਉਹ ਤੈਨੂੰ ਦੱਸਣਗੇ ਤੂੰ ਗੁਰੂ ਕਿਹੜਾ ਧਾਰਨ ਕਰ। ਉਹ ਸਤਿਗੁਰਾਂ ਦਾ ਵਚਨ ਮੰਨ ਕੇ ਪਹਾੜੀ ਵੱਲ ਤੁਰ ਪਿਆ। ਜਦੋਂ ਜਾ ਕੇ ਵੇਖਿਆ ਉੱਥੇ ਤਿੰਨ ਮਹਾਤਮਾ ਬੈਠੇ ਨੇ। ਜਿਵੇਂ ਵਰਣਨ ਆਉਂਦਾ ਹੈ ਕਿ ਉਹ ਤਿੰਨ ਮਹਾਤਮਾ ਸ਼ਿਵ ਜੀ, ਬ੍ਰਹਮਾ ਅਤੇ ਵਿਸ਼ਨੂੰ ਸੀ, ਜਿਹੜੇ ਸਤਿਗੁਰਾਂ ਦੇ ਦਰਸ਼ਨ ਕਰਨ ਆਏ ਸੀ। ਅਤੇ ਸਤਿਗੁਰਾਂ ਨੇ ਉਹਨਾਂ ਦੇ ਕੋਲ ਉਹਨੂੰ ਬਾਹਮਣ ਪੰਡਿਤ ਨੂੰ ਭੇਜਿਆ। ਉਹ ਪੰਡਿਤ ਪੁੱਛਣ ਲੱਗਾ ਕਿ ਮੈਂ ਗੁਰੂ ਧਾਰਨ ਕਰਨਾ ਹੈ ਮਹਾਤਮਾ, ਆਪ ਜੀ ਕਿਰਪਾ ਕਰਕੇ ਦੱਸੋ ਕਿ ਮੈਂ ਗੁਰੂ ਕਿਹਨੂੰ ਧਾਰਨ ਕਰਾਂ। ਉਹ ਮਹਾਤਮਾ ਨੇ ਉੱਤੇ ਵੱਲ ਇਸ਼ਾਰਾ ਕਰ ਦਿੱਤਾ ਕਿ ਤੇਰਾ ਗੁਰੂ ਤੇ ਉੱਤੇ ਬੈਠਾ ਹੈ, ਜਾ ਉੱਤੇ ਜਾ ਕੇ ਦਰਸ਼ਨ ਕਰ ਲਾ, ਜੇ ਤੇਰਾ ਗੁਰੂ ਮੰਨਦਾ ਹੈ ਤਾਂ ਉਹਨੂੰ ਗੁਰੂ ਧਾਰਨ ਕਰ ਲਏ। ਉਹ ਬੜੇ ਚਾਅ ਚਾਅ ਦੇ ਵਿੱਚ ਪਹਾੜੀ ਦੇ ਉੱਤੇ ਚੜਾ ਗਿਆ। ਜਦੋਂ ਉੱਤੇ ਜਾ ਕੇ ਵੇਖਿਆ, ਇੱਕ ਲਾਲ ਕੱਪੜੇ ਪਾਈ ਇਸਤਰੀ ਖਲੋਤੀ ਹੈ ਉੱਥੇ ਦੇਵੀ ਰੂਪ ਧਾਰਨ ਕਰਕੇ। ਉਹਨੇ ਕਿਹਾ ਕਿ ਮੈਂ ਪ੍ਰੇਮ ਸਤਿਕਾਰ ਦੇ ਨਾਲ ਨਮਸਕਾਰ ਕਰਦਾ ਹਾਂ, ਮੈਂ ਇਹਨਾਂ ਨੂੰ ਗੁਰੂ ਧਾਰਨ ਕਰਨਾ ਹੈ, ਇਹਨਾਂ ਨੇ ਮੈਨੂੰ ਮੁਕਤੀ ਦਾ ਰਾਹ ਦੱਸਣਾ ਹੈ। ਜਦੋਂ ਬਾਹਮਣ ਨੇ ਇਸਤਰੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਨਾ, ਉਹਦਾ ਮੱਥਾ ਰੱਖਿਆ, ਉਹ ਇਸਤਰੀ ਜਿਹੜੀ ਸੀ ਉਹਨੇ ਆਪਦੀਆਂ ਚੱਪਲਾਂ ਲਾ ਲਈਆਂ ਅਤੇ ਪੰਡਿਤ ਨੂੰ ਕੁੱਟਣ ਲੱਗ ਪਈ। ਬੜੀ ਬੁਰੀ ਹਾਲਤ ਕੀਤੀ ਉਹਦੀ। ਪੰਡਿਤ ਜਿਹੜਾ ਸੀ ਡਰਦਾ ਮਾਰਾ ਫਿਰ ਥੱਲੇ ਹੀ ਆ ਗਿਆ। ਉਹਦੀ ਮਾੜੀ ਹਾਲਤ ਵੇਖ ਕੇ ਮਹਾਤਮਾ ਸੀ ਜਿਹੜੇ, ਉਹ ਹੱਸਣ ਲੱਗ ਪਏ ਕਿ ਤੇਰੀ ਇੰਨੀ ਮਾੜੀ ਹਾਲਤ ਕਿਹਨੇ ਕੀਤੀ। ਉਹ ਕਹਿਣ ਲੱਗਾ ਕਿ ਤੁਸੀਂ ਤਾਂ ਮਹਾਤਮਾ ਜੀ ਹੱਸ ਰਹੇ ਹੋ,
ਜਦੋਂ ਮੈਂ ਪਹਾੜੀ ਦੇ ਉੱਤੇ ਗਿਆ, ਮੈਂ ਇਸਤਰੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਤੇ ਉਹਨੇ ਅੱਗੋਂ ਮੈਨੂੰ ਚੱਪਲਾਂ ਮਾਰੀਆਂ, ਕੁੱਟਿਆ ਮੈਨੂੰ। ਉਹ ਜਿਹੜੇ ਤਿੰਨ ਮਹਾਤਮਾ ਸੀ ਉਹ ਕਹਿਣ ਲੱਗੇ ਕਿ ਇਹੋ ਹੀ ਤੇਰਾ ਗੁਰੂ ਹੈ, ਉਹ ਮਾਇਆ ਸੀ। ਮਾਇਆ ਨੇ ਇਸਤਰੀ ਦਾ ਰੂਪ ਧਾਰਨ ਕੀਤਾ ਸੀ, ਕਿਉਂਕਿ ਤੂੰ ਤੇ ਮਾਇਆ ਦਾ ਦਾਸੀ ਬਣਿਆ ਹੈ, ਮਾਇਆ ਦਾ ਦਾਸ ਬਣੇ ਫਿਰਦਾ ਹੈ, ਮਾਇਆ ਦੇ ਵਿੱਚ ਖਚਤ ਹੈ। ਤੈਨੂੰ ਕੋਈ ਹੋਰ ਗੁਰੂ ਲੱਭਣ ਦੀ ਲੋੜ ਨਹੀਂ ਸੀ ਉਸ ਸਮੇਂ, ਕਿਉਂਕਿ ਜੇ ਤੈਨੂੰ ਮਾਇਆ ਦੇ ਕੋਲ ਨਾ ਭੇਜਦੇ, ਉਹਨੇ ਤੈਨੂੰ ਸੋਝੀ ਨਹੀਂ ਕਰਾਉਣੀ ਸੀ ਤੇ ਤੈਨੂੰ ਸੋਝੀ ਆਉਣੀ ਨਹੀਂ ਸੀ। ਫਿਰ ਪੰਡਿਤ ਕਹਿਣ ਲੱਗਾ ਕਿ ਮਹਾਤਮਾ ਜੀ, ਮੈਨੂੰ ਸੋਝੀ ਆਈ ਹੈ ਕਿ ਮੈਂ ਵਿੱਦਿਆ ਪੜ੍ਹ ਕੇ ਵੀ ਮਾਇਆ ਦੇ ਵਿੱਚ ਖਚਤ ਰਿਹਾ, ਹੁਣ ਮੈਨੂੰ ਕਿਰਪਾ ਕਰਕੇ ਦੱਸੋ ਕਿ ਮੈਂ ਗੁਰੂ ਕਿਹਨੂੰ ਧਾਰਨ ਕਰਾਂ। ਉਹ ਜਿਹੜੇ ਤਿੰਨ ਮਹਾਤਮਾ ਸਨ ਕਹਿਣ ਲੱਗੇ ਕਿ ਤੂੰ ਜਗਤ ਸਵਾਮੀ ਗੁਰੂ ਨਾਨਕ ਦੇਵ ਜੀ ਨੂੰ ਥੱਲੇ ਛੱਡ ਕੇ ਆਇਆ ਹੈ, ਉਹਨਾਂ ਦੇ ਚਰਨਾਂ ਵਿੱਚ ਪੈ। ਉਹ ਕਲਯੁੱਗ ਦੇ ਜਹਾਜ਼ ਹਨ, ਜਗਤ ਦੇ ਸਵਾਮੀ ਹਨ, ਕਰਤਾ ਪੁਰਖ ਹਨ, ਉਹਨਾਂ ਦੇ ਚਰਨੀ ਪੈ ਜਾ। ਜੇ ਆਪਦੀ ਟੁੱਟੀ ਕੱਢਣੀ ਹੈ, ਜੇ ਗੁਰੂ ਦਾ ਮਿਲਾਪ ਗੁਰੂ ਨਾਲ ਮਿਲਾਪ ਕਰਨਾ ਹੈ, ਫਿਰ ਸਤਿਗੁਰਾਂ ਦੇ ਚਰਨੀ ਪੈ, ਗੁਰੂ ਦੀ ਸ਼ਰਨ ਤੱਕ ਸੱਚੇ ਦੀ। ਉਹ ਮਹਾਤਮਾ ਕਹਿਣ ਲੱਗੇ ਕਿ ਅਸੀਂ ਵੀ ਉਹਨਾਂ ਦੇ ਦਰਸ਼ਨ ਕਰਨੀ ਆਏ ਸਾਂ, ਪਰ ਉਹਨਾਂ ਨੇ ਤੈਨੂੰ ਸਾਡੇ ਕੋਲ ਭੇਜ ਦਿੱਤਾ, ਇਸ ਕਰਕੇ ਉਹਨਾਂ ਦੀ ਚਰਨ ਸ਼ਰਨ ਵਿੱਚ ਜਾ। ਉਹ ਬ੍ਰਾਹਮਣ ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਚਰਨੀ ਢਹਿ ਪਿਆ, ਬੇਨਤੀਆਂ ਕੀਤੀਆਂ ਕਿ ਮਹਾਰਾਜ ਸਾਹਿਬ ਜੀ, ਮੈਂ ਹੰਕਾਰੀ ਵਿਕਾਰੀ ਹਾਂ, ਮੈਨੂੰ ਕਿਰਪਾ ਕਰਕੇ ਪਾਵਣ ਉਪਦੇਸ਼ ਬਖਸ਼ੋ, ਜਿਹਦੇ ਕਰਕੇ ਮੇਰਾ ਜਿਹੜਾ ਹੰਕਾਰ ਦੀ ਅੱਗ ਹੈ ਬੁਝ ਸਕੇ, ਮੇਰਾ ਹੰਕਾਰ ਜਿਹੜਾ ਹੈ ਉਹ ਟੁੱਟ ਸਕੇ, ਮਾਇਆ ਦੀ ਖਿੱਚ ਘੱਟ ਹੋਵੇ। ਫਿਰ ਉਸ ਪੰਡਿਤ ਦੀ ਬਾਬਤ ਸਾਰੇ ਸੰਸਾਰ ਨੂੰ ਜਗਤ ਸਵਾਮੀ ਗੁਰੂ ਨਾਨਕ ਦੇਵ ਜੀ ਉਪਦੇਸ਼ ਬਖਸ਼ਦੇ ਹਨ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ। ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਭਾਵੇਂ ਪੰਡਿਤ ਜੀ ਵਿੱਦਿਆ ਪੜ੍ਹ ਪੜ੍ਹ ਕੇ ਵਿੱਦਿਆ ਦੇ ਮਾਣ ਦੇ ਨਾਲ ਲੋਕਾਂ ਨੂੰ ਹਰਾ ਹਰਾ ਕੇ ਜਿੰਨੀਆਂ ਮਰਜ਼ੀ ਪੁਸਤਕਾਂ ਜਿੱਤ ਲਈਏ, ਇੰਨੀਆਂ ਜਿੱਤ ਲਈਏ ਕਿ ਗੱਡੇ ਭਰ ਜਾਣ, ਪੁਸਤਕਾਂ ਪੜ੍ਹ ਪੜ੍ਹ ਕੇ ਭਾਵੇਂ ਗੱਡੇ ਲੱਦ ਲਈਏ, ਅਤੇ ਜਿੱਥੇ ਗੱਡੇ ਨਾ ਚੱਲਣ ਉੱਥੇ ਕਹਿੰਦੇ ਭਾਵੇਂ ਜਿੱਥੇ ਊਠਾਂ ਦਾ ਕਾਫਲਾ ਚੱਲਦਾ ਹੈ ਨਾ ਰੇਗਿਸਤਾਨ ਦੇ ਅੰਦਰ, ਜੇ ਉੱਥੇ ਕਿਤੇ ਮੁਕਾਬਲਾ ਹੋ ਜਾਵੇ, ਉੱਥੇ ਕਿਤੇ ਕਿਸੇ ਨਾਲ ਚਰਚਾ ਹੋ ਜਾਵੇ, ਅਤੇ ਵਿੱਦਿਆ ਦੇ ਹੰਕਾਰ ਦੇ ਨਾਲ ਵਿੱਦਿਆ ਪੜ੍ਹ ਪੜ੍ਹ ਕੇ ਜਿਹੜੀਆਂ ਪੁਸਤਕਾਂ ਜਿੱਤੀਆਂ ਨੇ, ਉਹ ਮਹਾਰਾਜ ਸਾਹਿਬ ਜੀ ਕਹਿੰਦੇ ਭਾਵੇਂ ਊਠਾਂ ਦੇ ਕਾਫਲਿਆਂ ਉੱਤੇ ਲੱਦ ਲਈਏ। ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਸਤਿਗੁਰੂ ਜੀ ਕਹਿੰਦੇ ਭਾਵੇਂ ਜਿੱਥੇ ਪਾਣੀ ਆ ਜਾਏ, ਹੁਣ ਪਾਣੀ ਦੇ ਵਿੱਚ ਨਾ ਤੇ ਊਠ ਚੱਲ ਸਕਦਾ ਹੈ ਤੇ ਨਾ ਹੀ ਗੱਡੇ ਚੱਲ ਸਕਦੇ ਨੇ, ਸਤਿਗੁਰੂ ਜੀ ਕਹਿੰਦੇ ਉੱਥੇ ਬੇੜੀ ਪਾ ਲਵੇ, ਜਿਹੜੀਆਂ ਪੁਸਤਕਾਂ ਪੁਰਾਣੀਆਂ ਹੋ ਜਾਣ, ਜਿਆਦੀਆਂ ਬਿਰਧ ਹੋ ਜਾਣ, ਉਹਨਾਂ ਨੂੰ ਕਹਿੰਦੇ ਕਿ ਖਾਤਿਆਂ ਦੇ ਵਿੱਚ ਜਮ੍ਹਾਂ ਕਰ ਲਈਏ। ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ। ਭਾਵੇਂ ਸਤਿਗੁਰੂ ਜੀ ਕਹਿੰਦੇ ਕਿ ਬਰਸ ਬਰਸ ਜਿੰਨੀ ਸਾਡੀ ਉਮਰ ਦੇ ਸਾਲ ਹਨ, ਉਹਨਾਂ ਸਾਲਾਂ ਦੇ ਵਿੱਚ ਭਾਵੇਂ ਪੜ੍ਹੀ ਜਾਈਏ, ਜਿੰਨੇ ਸਾਡੀ ਉਮਰ ਦੇ ਵਿੱਚ ਮਹੀਨੇ ਹਨ, ਸਤਿਗੁਰੂ ਜੀ ਕਹਿੰਦੇ ਭਾਵੇਂ ਸਾਰੇ ਮਹੀਨੇ ਹੀ ਪੜ੍ਹੀ ਜਾਈਏ। ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਜਿੰਨੀ ਵਾਹਿਗੁਰੂ ਨੇ ਆਰਜਾ ਲਿਖੀ ਹੈ, ਜਿੰਨੀ ਉਮਰ ਲਿਖੀ ਹੈ, ਸਾਰੀ ਉਮਰ ਹੀ ਪੜ੍ਹੀ ਜਾਈਏ। ਜਿੰਨੇ ਸਵਾਸ ਦਿੱਤੇ ਨੇ, ਜਿਹੜੇ ਸਵਾਸ ਨਾ ਘੱਟ ਹੋਣੇ ਨੇ ਨਾ ਵੱਧ ਹੋਣੇ ਨੇ, ਸਤਿਗੁਰੂ ਜੀ ਕਹਿੰਦੇ ਉਹ ਜਿੰਨੇ ਸਵਾਸ ਨੇ ਉਹ ਸਾਰੇ ਸਵਾਸਾਂ ਦੇ ਵਿੱਚ ਭਾਵੇਂ ਪੜ੍ਹੀ ਜਾਈਏ। ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਖ। ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਪੰਡਿਤ ਜੀ, ਗੱਲ ਤੇ ਇੱਕ ਹੀ ਲੇਖੇ ਦੇ ਅੰਦਰ ਹੈ। ਕੀ ਗੱਲ ਲੇਖੇ ਦੇ ਅੰਦਰ ਹੈ? ਕਿ ਬਿਨ ਹਰ ਭਜਨ ਨਹੀਂ ਛੁਟਕਾਰਾ, ਬਿਨ ਨਾਵੈ ਨਾ ਹੀ ਕੋ ਥਾਓ। ਕਿ ਪੰਡਿਤ ਜੀ, ਜੇ ਤੁਸੀਂ ਲੇਖਾ ਲਿਖਣਾ ਹੈ, ਲੇਖਾ ਇਹ ਹੈ ਕਿ ਨਾਮ ਜਪੋ ਉਸ ਵਾਹਿਗੁਰੂ ਦਾ, ਉਸ ਵਾਹਿਗੁਰੂ ਦੇ ਚਰਨਾਂ ਦੀ ਧੂੜੀ ਬਣ ਜਾਓ, ਇਹਦੇ ਵਿੱਚ ਹੀ ਲਾਭ ਹੈ, ਇਹੋ ਹੀ ਇੱਕ ਲੇਖਾ ਜਿਹੜਾ ਸਫਲਾ ਹੈ। ਹੋਰ ਹਉਮੈ ਝੱਖਣਾ ਝਾਕ, ਸਤਿਗੁਰੂ ਜੀ ਕਹਿੰਦੇ ਹੋਰ ਤੇ ਹਉਮੈ ਦੀਆਂ ਹੀ ਝੱਖਾਂ ਨੇ, ਇਹ ਤੇ ਬਾਕੀ ਝੱਖਣਾ ਕਹੀਏ ਕਿ ਫਾਲਤੂ ਗੱਲਾਂ ਨੇ।
ਇਹ ਤੇ ਹਉਮੈ ਦੇ ਵਾਦ ਵਾ ਹੈ, ਕੋਈ ਕੋਈ ਵਧੀਆ ਲੇਖਾ ਨਹੀਂ ਹੈ ਕਿ ਪੁਸਤਕਾਂ ਪੜ੍ਹ ਲਈਆਂ, ਵਿੱਦਿਆ ਪੜ੍ਹ ਲਈ, ਵਿੱਦਿਆ ਜ਼ਰੂਰ ਗ੍ਰਹਿਣ ਕਰਨੀ ਚਾਹੀਦੀ ਹੈ, ਪਰ ਜਿੰਨੀ ਵਿੱਦਿਆ ਪੜ੍ਹਾਂਗੇ ਜ਼ਿਆਦੀ ਗਾਂਹ ਦੀ ਗਾਂਹ ਫਿਰ ਹੰਕਾਰ ਵਿਕਾਰ ਪੈਦਾ ਹੋ ਜਾਂਦਾ ਕਿ ਮੇਰੇ ਜਿੰਨਾ ਤੇ ਕੋਈ ਪੜ੍ਹਿਆ ਹੀ ਨਹੀਂ, ਜਿਹੜੀ ਮੇਰੇ ਕੋਲ ਡਿਗਰੀ ਹੈ ਉਹ ਤੇ ਹੋਰ ਕਿਸੇ ਕੋਲ ਹੈ ਨਹੀਂ। ਸਤਿਗੁਰੂ ਜੀ ਕਹਿੰਦੇ ਕਿ ਇੰਨੀ ਵਿੱਦਿਆ ਪੜ੍ਹਨ ਦੇ ਨਾਲ ਹੰਕਾਰ ਵਿਕਾਰ ਪੈਦਾ ਹੋ ਜਾਂਦਾ, ਪਰ ਜਿਹਨੇ ਇੱਕ ਵਾਰੀ ਨਾਮ ਦਾ ਲੇਖਾ ਗ੍ਰਹਿਣ ਕਰ ਲਿਆ ਨਾ, ਨਾਮ ਨੂੰ ਆਪਦੇ ਹਿਰਦੇ 'ਚ ਵਸਾ ਲਿਆ, ਸਤਿਗੁਰੂ ਜੀ ਕਹਿੰਦੇ ਉਹ ਤੇ ਡਿਗਰੀਆਂ ਡੁਗਰੀਆਂ ਵਾਲਿਆਂ ਨੂੰ ਸਾਰਿਆਂ ਨੂੰ ਫੇਲ ਕਰ ਦਿੰਦਾ। ਜਿਹਨੇ ਇੱਕ ਵਾਰੀ ਨਾਮ ਜਪ ਕੇ ਵੇਖ ਲਿਆ, ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਨੇ ਉਹ ਕੋਈ ਇੰਨਾ ਪੜ੍ਹੇ ਨਹੀਂ ਹੁੰਦੇ, ਜਿੰਨੇ ਭਗਤ ਸਾਹਿਬਾਨ ਹੋਏ ਨੇ ਕੋਈ ਇੰਨਾ ਬਹੁਤੀ ਵਿੱਦਿਆ ਨਹੀਂ ਗ੍ਰਹਿਣ ਕੀਤੀ, ਪਰ ਜਦੋਂ ਵਾਹਿਗੁਰੂ ਦਾ ਨਾਮ ਜਪਿਆ, ਅੱਲਾ ਦੀ ਇਬਾਦਤ ਕੀਤੀ, ਉਹਦੀ ਬੰਦਗੀ ਭਜਨ ਦੇ ਵਿੱਚ ਜੁੜੇ, ਸਾਰੀ ਸ੍ਰਿਸ਼ਟੀ ਦਾ ਇਹ ਗਿਆਤ ਹੋ ਗਿਆ। ਬ੍ਰਹਮ ਗਿਆਨ ਕਹਿੰਦੇ ਨੇ ਜਿਹਨੂੰ ਵਾਹਿਗੁਰੂ ਦਾ ਗਿਆਨ ਹੋ ਜਾਵੇ, ਆਪਣੇ ਸਰੂਪ ਦੀ ਲੱਖਣਾ ਹੋ ਜਾਵੇ, ਆਪਣੇ ਸਰੂਪ ਦਾ ਪਤਾ ਲੱਗ ਜਾਵੇ। ਸਤਿਗੁਰੂ ਜੀ ਫਰਮਾਨ ਕਰਦੇ ਨੇ ਨਾਨਕ ਲੇਖੈ ਇੱਕ ਗੱਲ, ਕਿ ਪੰਡਿਤ ਜੀ ਲੇਖੀ ਵਿੱਚ ਤੇ ਇੱਕੋ ਹੀ ਗੱਲ ਹੈ ਕਿ ਬਿਨ ਨਾਵੈ ਨਾ ਹੀ ਕੋ ਥਾਉ, ਬਿਨਾਂ ਨਾਮ ਤੋਂ ਕਿਸੇ ਦੇ ਕੋਲ ਕੋਈ ਥਾਂ ਨਹੀਂ। ਹੋਰ ਹਉਮੈ ਝੱਖਣਾ ਝਾਖ, ਹੋਰ ਤੇ ਹਉਮੈ ਦੇ ਜਿਹੜੇ ਵਾਦ ਵਾ ਵਾਲੀਆਂ ਗੱਲਾਂ ਨੇ ਉਹ ਤੇ ਫਾਲਤੂ ਹਨ। ਮਹੱਲਾ ਪਹਿਲਾ ਲਿਖ ਲਿਖ ਪੜਿਆ। ਸਤਿਗੁਰੂ ਜੀ ਫਰਮਾਨ ਕਰਦੇ ਨੇ ਇੱਥੋਂ ਤੱਕ ਪੰਡਿਤ ਦੇ ਨਾਲ ਕਸ਼ਮੀਰ ਦੇ ਵਿੱਚ ਵਾਰਤਾਲਾਪ ਹੋਈ, ਹੁਣ ਸੇਖ ਬ੍ਰਹਮ ਜੀ ਦੇ ਨਾਲ ਪਾਕਪਟਨਮ ਦੀ ਧਰਤੀ 'ਤੇ ਜੋ ਵਾਰਤਾਲਾਪ ਹੋਈ, ਪ੍ਰਸ਼ਨ ਉੱਤਰ ਹੋਏ, ਸਤਿਗੁਰਾਂ ਨੇ ਬੜੀ ਸੁੰਦਰ ਗੁਰਬਾਣੀ ਦੇ ਅੰਦਰ ਰਚਨਾ ਲਾਈ, ਉਹ ਫਰਮਾਨ ਕਰਦੇ ਹਨ। ਲਿਖ ਲਿਖ ਪੜਿਆ। ਸਤਿਗੁਰੂ ਜੀ ਫਰਮਾਨ ਕਰਦੇ ਨੇ ਜਿਹੜਾ ਲਿਖ ਲਿਖ ਕੇ ਪੜ੍ਹਿਆ, ਭਾਵ ਕਿ ਲਿਖ ਲਿਖ ਕੇ ਪਹਿਲੋਂ ਵਿੱਦਿਆ ਪੜ੍ਹੀ, ਫਿਰ ਲਿਖਾਰੀ ਬਣ ਗਿਆ, ਫਿਰ ਲਿਖਾਰੀ ਬਣ ਕੇ ਪੁਸਤਕਾਂ ਲਿਖੀਆਂ, ਪੁਸਤਕਾਂ ਲਿਖ ਕੇ ਫਿਰ ਉਹਨਾਂ ਪੁਸਤਕਾਂ ਨੂੰ ਪੜ੍ਹਿਆ, ਤੇਤਾ ਕੜਿਆ। ਸਤਿਗੁਰੂ ਜੀ ਕਹਿੰਦੇ ਉਨਾ ਹੀ ਉਹ ਕੜ ਗਿਆ, ਉਨਾ ਹੀ ਬੰਧਨਾਂ ਦੇ ਵਿੱਚ ਪੈ ਗਿਆ। ਪਹਿਲੋਂ ਇੰਨੀ ਵਿੱਦਿਆ ਪੜ੍ਹੀ, ਇੰਨਾ ਕੁਝ ਕੀਤਾ, ਫਿਰ ਉਹ ਪੁਸਤਕਾਂ ਲਿਖਣ ਲੱਗ ਪਿਆ, ਲਿਖਾਰੀ ਬਣ ਗਿਆ, ਲਿਖਾਰੀ ਬਣ ਕੇ ਫਿਰ ਜਿਹੜੀ ਪੁਸਤਕ ਲਿਖੀ ਉਹਨੂੰ ਪੜ੍ਹ ਕੇ ਵੇਖਿਆ, ਮਹਾਰਾਜ ਸਾਹਿਬ ਜੀ ਕਹਿੰਦੇ ਤੇਤਾ ਖੜਿਆ, ਉਹਨਾਂ ਹੀ ਬੰਧਨਾਂ ਦੇ ਵਿੱਚ ਬੱਝ ਗਿਆ। ਬਹੁ ਤੀਰਥ ਭਵਿਆ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਈ ਜੀਵ ਤੇ ਸੰਸਾਰ ਦੇ ਇਹੋ ਜਿਹੇ ਨੇ ਕਿ ਸਾਰੀ ਉਮਰ ਹੀ ਤੀਰਥਾਂ ਦੇ ਭਰਮਦੇ ਫਿਰਦੇ ਨੇ, ਪਾਣੀ ਵਿੱਚ ਹੀ ਨਹਾਈ ਜਾਂਦੇ ਨੇ, ਸਾਰੀ ਉਮਰ ਲੰਘ ਜਾਂਦੀ ਹੈ, ਮਨ ਦੇ ਵਿੱਚ ਕੋਈ ਭਾਵਨਾ ਨਹੀਂ। ਇਹ ਨਹੀਂ ਕਿ ਅਸੀਂ ਰੱਬ ਦਾ ਨਾਮ ਜਪ ਲਈਏ, ਇਹੋ ਹੀ ਭਾਵਨਾ ਰੱਖਦੇ ਨੇ, ਅਸੀਂ ਇਸ਼ਨਾਨ ਕਰ ਲਈਏ 68 ਤੀਰਥਾਂ ਦੇ। ਹਿੰਦੂ ਮਤ ਦੇ ਵਿੱਚ 68 ਤੀਰਥ ਮੰਨੇ ਜਾਂਦੇ ਨੇ, ਹਜੇ ਵੀ ਕਈ ਕਰਮ ਕਾਂਡੀ ਹੈਗੇ ਨੇ ਗੁਰੂ ਦੇ ਸਿੱਖ ਬਣ ਕੇ ਵੀ 68 ਤੀਰਥਾਂ ਦੇ ਇਸ਼ਨਾਨ ਕਰਦੇ ਨੇ, ਮਨ ਦੇ ਵਿੱਚ ਕੋਈ ਭਾਵਨਾ ਨਹੀਂ। ਤੀਰਥ ਨਹੀਂ ਝੂਠੇ ਸੰਗਤ ਜੀ, ਪਰ ਜਿੰਨਾ ਚਿਰ ਮਨ ਦੇ ਵਿੱਚ ਕੋਈ ਭਾਵਨਾ ਨਹੀਂ ਨਾ, ਫਿਰ ਸਤਿਗੁਰੂ ਜੀ ਫਰਮਾਨ ਕਰਦੇ ਹਨ ਤੇਤੋ ਲਵਿਆ। ਸਤਿਗੁਰੂ ਜੀ ਫਰਮਾਨ ਕਰਦੇ ਨੇ ਜਿਹੜੇ ਤੀਰਥਾਂ ਦੇ ਇਸ਼ਨਾਨ ਕਰ ਆਏ, ਤੇਤੋ ਲਵਿਆ ਬਹੁਤਾ ਜ਼ਿਆਦਾ ਬੋਲਦੇ ਨੇ, ਫਿਰ ਲਊ ਲਊ ਕਰਕੇ ਫਰਮਾਨ ਕਰਦੇ ਨੇ ਕਿ ਸਾਡੇ ਵਰਗੀ ਕੋਈ ਰੀਸ ਹੀ ਨਹੀਂ ਕਰ ਸਕਦਾ, ਕਿਉਂਕਿ 68 ਤੀਰਥ ਨੇ, ਬੜੀ ਦੂਰ ਦੂਰ ਨੇ, ਕੋਈ ਲਾਗੇ ਲਾਗੇ ਨਹੀਂ, ਅਤੇ ਜਿਹੜਾ ਇਹਨਾਂ ਦਾ ਇਸ਼ਨਾਨ ਕਰਾਉਂਦਾ ਉਹ ਹੰਕਾਰੀ ਵਿਕਾਰੀ ਬਣ ਜਾਂਦਾ, ਕੋਈ ਬਹੁਤੀ ਮੁਕਤੀ ਦੀ ਪ੍ਰਾਪਤੀ ਨਹੀਂ ਉਹਨੂੰ ਹੁੰਦੀ ਕਿ ਉਹ ਬ੍ਰਹਮ ਗਿਆਨੀ ਬਣ ਜਾਂਦਾ, ਕਿਉਂਕਿ ਅੰਦਰੋਂ ਮਨ ਸਾਫ਼ ਨਹੀਂ ਜਿੰਨਾ ਚਿਰ। ਸਤਿਗੁਰੂ ਜੀ ਕਹਿੰਦੇ ਉਹ ਬਹੁਤਾ ਬੋਲਦਾ ਹੈ, ਮੂੰਹ ਉਹਦਾ ਚੁੱਪ ਨਹੀਂ ਰਹਿੰਦਾ, ਅਤੇ ਕਹਿੰਦਾ ਮੈਂ ਤੀਰਥਾਂ 'ਤੇ ਇਸ਼ਨਾਨ ਕਰ ਆਇਆ। ਗੁਰਮਤਿ ਦਾ ਸਿਧਾਂਤ ਹੈ ਬਹੁਤਾ ਬੋਲਣ ਝੱਖਣ ਹੋਏ, ਬਿਣ ਬੋਲੇ ਜਾਣਾ ਸਭ ਸੋਏ, ਕਿਉਂਕਿ ਬਹੁਤਾ ਨਹੀਂ ਬੋਲਣਾ ਚਾਹੀਦਾ, ਜਿੰਨਾ ਜ਼ਿਆਦਾ ਬੋਲਾਂਗੇ ਉਨਾ ਜ਼ਿਆਦਾ ਵਿਵਾਦ ਖੜ੍ਹਾ ਹੋਵੇਗਾ, ਝਗੜੇ ਵੀ ਉਨੇ ਵਧਣਗੇ। ਜ਼ਿਆਦਾ ਬੋਲਣ ਦੇ ਨਾਲ ਕਈ ਵਾਰੀ ਗੱਲ ਵੀ ਉਹੋ ਜਿਹੀ ਹੋ ਜਾਂਦੀ ਹੈ ਜਿਹਦੇ ਨਾਲ ਬੜਾ ਵੱਡਾ ਰੱਟਾ ਪੈ ਜਾਂਦਾ, ਲੜਾਈ ਪੈ ਜਾਂਦੀ ਹੈ। ਇਸ ਕਰਕੇ ਗੁਰਮਤਿ ਦਾ ਸਿਧਾਂਤ ਹੈ ਬਹੁਤਾ ਬੋਲਣ ਝੱਖਣ ਹੋਏ, ਇਹ ਬਹੁਤਾ ਬੋਲਣਾ ਤੇ ਝੱਖਣਾ ਹੀ ਹੈ, ਕੋਈ ਬਹੁਤੀ ਵਧੀਆ ਗੱਲ ਨਹੀਂ। ਇਸ ਕਰਕੇ ਜਿਹੜੇ ਤੀਰਥਾਂ 'ਤੇ ਇਸ਼ਨਾਨ ਵੀ ਕਰ ਆਏ, ਪਰ ਸਤਿਗੁਰੂ ਜੀ ਕਹਿੰਦੇ ਬੋਲਣੋਂ ਨਹੀਂ ਹਟੇ।
ਬਹੁ ਭੇਖ ਕੀਆ ਦੇਹੀ ਦੁਖ ਦੀਆ। ਕਈ ਇਹੋ ਜਿਹੇ ਨੇ ਦੁਨੀਆ 'ਤੇ ਬੜੇ ਤਰ੍ਹਾਂ ਦੇ ਭੇਖ ਕਰਦੇ ਨੇ, ਜਿਵੇਂ ਸਾਡੇ ਪੰਥ ਦੇ ਵਿੱਚ ਹੀ ਅੱਜ ਕੱਲ੍ਹ ਰਵਾਇਤਾਂ ਚੱਲ ਪਈਆਂ, ਕਦੀ ਕੇਸਕੀ ਬੀਬੀਆਂ ਨੇ ਲਾਹ ਦੀ ਅਤੇ ਕਦੀ ਬੰਨ ਲਈ, ਕਦੀ ਤਾਂ ਬਾਣਾ ਪਾ ਲਿਆ ਮਾਤਾ ਸਾਹਿਬ ਦੇਵਾ ਕੌਰ ਜੀ ਵਾਲਾ, ਅਤੇ ਕਦੀ ਪੈਂਟਾਂ ਸ਼ਰਟਾਂ ਪਾ ਲੀਆਂ। ਇਹ ਬੜੇ ਭੇਖ ਸਾਡੇ ਪੰਥ ਵਿੱਚ ਹੀ ਚੱਲ ਪਏ ਨੇ। ਗੁਰਮੁਖ ਜਾਣੀ ਇਸ ਪ੍ਰਕਾਰ ਕਰਦੇ ਨੇ, ਕਦੀ ਤਾਂ ਸਤਿਗੁਰਾਂ ਦਾ ਬਖਸ਼ਿਆ ਬਾਣਾ ਪਾ ਲਿਆ ਅਤੇ ਕਦੀ ਅੰਗਰੇਜ਼ਾਂ ਦੀਆਂ ਪੈਂਟਾਂ ਸ਼ਰਟਾਂ ਪਾ ਲੀਆਂ। ਬਹੁ ਭੇਖ ਕੀਆ, ਬੜੇ ਜ਼ਿਆਦਾ ਭੇਖ ਕਰਦੇ ਨੇ, ਕੋਈ ਇੱਕ ਭੇਖ ਨਹੀਂ ਕਰਦੇ। ਪਰ ਗੁਰਬਾਣੀ ਦਾ ਸਿਧਾਂਤ ਹੈ, ਗੁਰਬਾਣੀ ਪ੍ਰਮਾਣ ਕਰਦੀ ਹੈ ਦੇਹੀ ਦੁੱਖ ਦੀਆ। ਸਤਿਗੁਰੂ ਜੀ ਕਹਿੰਦੇ ਭੇਖ ਕਰਨ ਦੇ ਨਾਲ ਵੀ ਦੇਹੀ ਨੂੰ ਦੁੱਖ ਮਿਲਦਾ ਹੈ। ਇਹ ਕਦੀ ਤੇ ਕੇਸਕੀ ਲਾਹ ਲਈ ਅਤੇ ਕਦੀ ਬੰਨ ਲਈ, ਕਦੀ ਬਾਣਾ ਪਾ ਲਿਆ ਅਤੇ ਜਦੋਂ ਜੀ ਕੀਤਾ ਉਦੋਂ ਪੈਂਟ ਸ਼ਰਟ ਪਾ ਲਈ, ਫਿਰ ਜਦੋਂ ਕਿਤੇ ਪ੍ਰੋਗਰਾਮ ਆਇਆ ਧਾਰਮਿਕ ਜਿਹਾ ਉਦੋਂ ਫਿਰ ਬਾਣਾ ਪਾ ਲਿਆ। ਸਤਿਗੁਰੂ ਜੀ ਕਹਿੰਦੇ ਜਿਹੜੇ ਭੇਖ ਵਾਲੇ ਬਣਾਉਂਦੇ ਨੇ ਨਾ, ਉਹਨਾਂ ਨੂੰ ਤੇ ਦੇਹੀ ਨੂੰ ਦੁੱਖ ਹੀ ਮਿਲਿਆ ਹੈ, ਸੁਖੀ ਨਹੀਂ ਰਹੇ ਉਹ। ਸਹੋ ਵੇ ਜੀਆ ਆਪਣਾ ਕੀਆ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਐ ਜੀ ਹੁਣ ਸਹਿ ਦੁੱਖ ਨੂੰ, ਜਿਹੜਾ ਦੁੱਖ ਤੂੰ ਆਪਦੇ ਤੇ ਆਪਦੇ ਕਰਮਾਂ ਕਰਕੇ ਲਿਆ ਨਾ, ਆਪਣਾ ਕੀਆ ਜਿਹੜਾ ਤੂੰ ਆਪਣੇ ਆਪ ਕੀਤਾ। ਤੀਰਥਾਂ ਦੇ ਭਰਮ ਆਇਆ ਕਹਿੰਦਾ ਕਿ ਮੈਂ ਬੜਾ ਸੱਚਮ ਹਵਾਲਾ ਹੋ ਗਿਆ, ਮੈਂ ਪਵਿੱਤਰ ਹੋ ਗਿਆ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਬਹੁਤਾ ਬੋਲਣੋਂ ਤੇ ਹਟਿਆ ਨਹੀਂ, ਤੇਰਾ ਮੂੰਹ ਤੇ ਤੇਰੇ ਕੰਟਰੋਲ 'ਚ ਨਹੀਂ ਹੈ, ਤੂੰ ਪਵਿੱਤਰ ਕਿੱਥੋਂ ਹੋ ਗਿਆ। ਸਤਿਗੁਰੂ ਜੀ ਕਹਿੰਦੇ ਕਿ ਸਹੋਵੇ ਜੀਆ, ਐ ਜੀ ਆਪਦਾ ਦੁੱਖ ਹੁਣ ਆਪ ਹੀ ਸਹਿ। ਪਹਿਲੋਂ ਤਾਂ ਇੰਨੇ ਭੇਖ ਕਰ ਲਏ, ਉੱਥੇ ਪੰਜ ਪਿਆਰੇ ਸਿੰਘ ਸਹਿਮਾ ਸਾਹਮਣੇ ਕਹਿੰਦਾ ਕਿ ਮੈਂ ਸਾਰੇ ਜਿਹੜੇ ਰੂਲ ਹਨ ਖਾਲਸੇ ਪੰਥ ਦੇ ਉਹਨਾਂ ਨੂੰ ਮੰਨਾਂ, ਪੰਜ ਕਕਾਰਾਂ ਦੀ ਰਹਿਤ ਰੱਖਾਂਗਾ, ਗੁਰਬਾਣੀ ਦਾ ਜਾਪ ਕਰਾਂਗਾ। ਪਰ ਸਤਿਗੁਰੂ ਜੀ ਕਹਿੰਦੇ ਫਿਰ ਕੀ ਹੋਇਆ, ਬਹੁ ਭੇਖ ਕੀਆ, ਬੜੇ ਜ਼ਿਆਦਾ ਭੇਖ ਕਰ ਲਏ, ਕਦੀ ਤਾਂ ਕੁਝ ਬਣ ਗਿਆ, ਕਦੀ ਕਿਸੇ ਜਗ੍ਹਾ 'ਤੇ ਬਹਿ ਗਿਆ ਅਤੇ ਕਦੀ ਗਾਤਰਾ ਪਾ ਲਿਆ, ਬੜੇ ਜ਼ਿਆਦਾ ਭੇਖ ਕੀਤੇ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੇ ਕਦੀ ਸੁੱਖ ਨਹੀਂ ਪਾਇਆ, ਦੁੱਖਾਂ ਦੀ ਪ੍ਰਾਪਤੀ ਹੋਈ ਹੈ। ਫਿਰ ਕਹਿੰਦੇ ਹਨ ਕਿ ਸਹੋਵੇ ਜੀਆ, ਐ ਜੀ ਜਿਹੜੇ ਤੂੰ ਦੁੱਖ ਪੈਦਾ ਕੀਤੇ ਨੇ ਉਹਨਾਂ ਨੂੰ ਆਪਣੇ ਆਪ ਹੀ ਸਹਿ। ਅੰਨ ਨਾ ਖਾਇਆ ਸਾਧ ਗਵਾਇਆ। ਕਈ ਇਹੋ ਜਿਹੇ ਨੇ ਪਤੀ ਸਤੀ ਕਿ ਵਰਤ ਰੱਖ ਲੈਂਦੇ ਨੇ ਕਿ ਅਸੀਂ ਸੁੱਖ ਮੰਗਦੇ ਹਾਂ ਇੱਕ ਦੂਜੇ ਦੇ, ਪਰ ਗੁਰਬਾਣੀ ਦਾ ਫੁਰਮਾਨ ਇਸ ਤਰ੍ਹਾਂ ਸੁੱਖ ਨਹੀਂ ਮੰਗੀ ਜਾਂਦੀ, ਭੁੱਖੇ ਰਹਿ ਗਏ ਇਹਦੇ ਦੁਖੀ ਲੱਗਦੇ ਨੇ, ਕਿਉਂਕਿ ਜੀਵ ਭੁੱਖਾ ਰਹੇਗਾ, ਅੰਨ ਪਾਣੀ ਨਹੀਂ ਛਕੇਗਾ, ਦੇਹੀ ਨੂੰ ਦੁੱਖ ਲੱਗੇਗਾ, ਬਿਮਾਰ ਸ਼ਮਾਰ ਹੋ ਜਾਵੇਗਾ, ਅੰਦਰ ਗਰਮੀ ਪੈ ਜਾਵੇਗੀ। ਅੰਨ ਨਾ ਖਾਇਆ ਸਾਧ ਗਵਾਇਆ। ਫਿਰ ਕਈ ਵਾਰੀ ਕੀ ਹੁੰਦਾ, ਇੰਨੀਆਂ ਜ਼ਿਆਦੀਆਂ ਦਵਾਈਆਂ ਖਾ ਕੇ ਮੂੰਹ ਦਾ ਸਵਾਦ ਹੀ ਬਦਲ ਜਾਂਦਾ, ਕਿਉਂਕਿ ਪਹਿਲਾਂ ਤਾਂ ਇੱਕ ਦੂਜੇ ਦੀ ਸੁੱਖ ਮੰਗਦੇ ਰਹੇ, ਅਸੀਂ ਭੁੱਖੇ ਰਹਿੰਦੇ ਹਾਂ, ਉਹ ਤੰਦਰੁਸਤ ਰਹੇ ਮੈਂ ਤੰਦਰੁਸਤ ਰਹਾਂ, ਇਹਦੇ ਚੱਕਰਾਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਸਾਧ ਗਵਾਇਆ, ਆਪਦੇ ਮੂੰਹ ਦਾ ਜ਼ਿੰਦਗੀ ਦਾ ਜਿੰਨਾ ਸਵਾਦ ਸਾਰਾ ਗਵਾ ਲੈਂਦੇ ਨੇ। ਬਹੁ ਦੁੱਖ ਪਾਇਆ ਦੂਜਾ ਪਾਇਆ। ਸਤਿਗੁਰੂ ਜੀ ਫਰਮਾਨ ਕਰਦੇ ਨੇ ਬੜਾ ਦੁੱਖ ਪਾਇਆ ਉਹਨਾਂ, ਸੁੱਖ ਨਹੀਂ ਪਾਇਆ, ਕਿੰਨਾ ਨਹੀਂ ਸੁੱਖ ਪਾਇਆ, ਦੂਜਾ ਪਾਇਆ, ਜਿਨ੍ਹਾਂ ਨੇ ਦੂਜੇ ਭਾਅ ਦੇ ਵਿੱਚ ਲੱਗੇ ਕਿ ਤੜਕੇ 'ਤੇ ਆ ਗਏ 4 ਵਜੇ ਗੁਰੂ ਘਰ, ਅਤੇ ਜਦੋਂ ਵੱਜੇ 6 ਉਦੋਂ ਮੜੀ ਮਸਾਣੀ 'ਤੇ ਜਾ ਕੇ ਦੀਵਾ ਜਗਾਤਾ, ਜਦੋਂ 10 ਵਜੇ ਉਦੋਂ ਮੰਦਰ ਚਲੇ ਗਏ, ਥੋੜ੍ਹਾ ਜਿਹਾ ਸਮਾਂ ਹੋਰ ਬਦਲਿਆ ਅਤੇ ਫਿਰ ਮਸੀਤ ਦੇ ਵਿੱਚ ਚਲੇ ਗਏ, ਕਿ ਸਾਰੇ ਪਾਸੇ ਤੁਰੀ ਫਿਰਦੇ ਨੇ, ਇੱਕ ਦੇ ਲੜ ਨਹੀਂ ਲੱਗੇ। ਦੂਜਾ ਭਾਇਆ, ਜਿਨ੍ਹਾਂ ਦਾ ਦੂਜੇ ਭਾਏ ਪਿਆਰ ਹੈ, ਗੁਰੂ ਗ੍ਰੰਥ ਸਾਹਿਬ ਨੂੰ ਤਾਂ ਚੈਤਰਾ ਮੰਨਦੇ ਨਹੀਂ, ਸਾਰੇ ਪਾਸੇ ਤੁਰੀ ਫਿਰਦੇ ਨੇ, ਕਿਤੋਂ ਲਾਭ ਮਿਲ ਜੇ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਬੜਾ ਜ਼ਿਆਦਾ ਦੁੱਖ ਪਾਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਖੁਦ ਖੁਦਾ ਨੇ, ਬਾਕੀ ਜਿਹੜੇ ਨੇ ਨਿੰਦਿਆ ਨਹੀਂ ਕਰਦੇ ਉਹਨਾਂ ਦੀ, ਪਰ ਤਾਂ ਵੀ ਪਿਓ ਪਿਓ ਹੁੰਦਾ ਅਤੇ ਪੁੱਤ ਪੋਤੀ ਹੁੰਦੇ ਨੇ, ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਿਓ ਨੇ ਤਾਂ ਪੁੱਤ ਪੋਤੀ ਹੋਣਗੇ, ਇਹ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪੁੱਤ ਧੀਆਂ ਹਾਂ, ਗੁਰੂ ਗ੍ਰੰਥ ਸਾਹਿਬ ਜੀ ਪਿਓ ਹਨ, ਮਰਦ ਕਮੜੇ ਹਨ। ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਜਿਨ੍ਹਾਂ ਨੇ ਦੂਜੇ ਭਾਏ ਦੇ ਵਿੱਚ ਪਿਆਰ ਲਾਇਆ, ਪਿਓ ਨੂੰ ਛੱਡ ਕੇ ਹੋਰ ਮੜੀਆਂ ਮਸਾਣੀਆਂ 'ਤੇ ਤੁਰੀ ਫਿਰੇ, ਕਬਰਾਂ 'ਤੇ ਮੱਥੇ ਟੇਕੀ ਗਏ ਅਤੇ ਦਾਤਾਂ ਫਿਰ ਦੇਗ ਬਣਵਾ ਕੇ ਗੁਰੂ ਘਰ ਕਿ ਮਹਾਰਾਜ ਸਾਹਿਬ ਜੀ ਸਾਨੂੰ ਬਖਸ਼ ਲਓ, ਸਾਨੂੰ ਤਾਰ ਦਿਓ,
एक वारी गुरु ग्रंथ साहब जी दे कोल अरदास करती, देख बनवा के शामा नूं फिर मड़िया, फिर उही भेख कर लिया। पर सतगुरु जी कहिंदे दूजा भाया जिन्हां ने दूजे भाए प्यार कीता ना बहुता ज्यादा दुख पाया है। बस्त्र ना पहरै, कई इहो जिहे ने संसार ते के नंगे ही फिरदे ने, बस्त्र नहीं पहनदे सारी उम्र। जिन्हां नूं कहिंदे ने नांगे साधु, साधु ते कहदे ने उह जे मन ते वस दे विच आया नहीं, अपने आप नूं नांगे साधु कहाउंदे ने। पर गुरमत कहिंदी है बस्त्र ना पहरै, जिन्हां ने हजे तक कोई शरीर ते बस्त्र नहीं ना पहन कीता। अहनिस कहरै, गर्मियां दे विच उहनां दा सर जांदा, गर्मियां दे विच उदां वी बस्त्र पतले ही पाईदे ने। पर सतगुरु जी कहिंदे जदों ठंड आउंदी है ना कोरा पैंदा है, अहनिस कहरै, फिर ठंड ठंड दे विच दिन रात बड़ा ठरदे ने। मोन वेगूता, कई सतगुरु जी फरमान करते ने कई मोण धारी ने, वो मोण दे विच मोण धारण करके बड़ा खराब होए, अंदरों मन नहीं टिकया, पर अपने आप नूं कहिंदे ने मोण धारी हाँ असीं, बोलना नहीं मुखों कुछ। पर गुरमत का सिद्धांत है जब लग दुनिया रही है नानक, किछ सुनिया किछ कही है। जिन्ना चिर महाराज साहब जी कहिंदे आरजा बख्शी है ना अकाल पुरख ने, उन्ना चिर किसी नूं ज्ञान दे कोई ज्ञान की गल सुना ते किसी कोलों कुछ ज्ञान की गल सुन। पर सतगुरु जी कहिंदे कई इहो जे सारी उम्र ही मौन धारण करके रहिंदे ने, मुखों कुछ बोलते नहीं किसी को कुछ सुनते नहीं, इशारे ही करी जाते गूंगिया वांगू। क्यों जागै गुर बिन सूता, सतगुरु जी फरमान करते ने ये जिन्हें तीर्थां ते भरमण वाले, बड़िया मसाणिया ते पूजा करन वाले, दीवे जगाउण वाले, नंगे रहण वाले सारी उम्र ही, सतगुरु जी कहिंदे क्यों जागै गुर बिन सूता, किवें जाग जाणगे। इन्नी ते अज्ञानता दी मैल बड़ी इन्हां दे अंदर, मन ते काला होया पिया, दूजे भाए प्यार ला ला के कदी किसे नूं मत्था टेकता कदी किसे नूं, अज्ञान ही जागना अंदर गुर बिन सूता। फिर गुरु का ज्ञान जिहड़ा है दिन रूप सूरज गुरु का, वह किवें चढ़ जाए। जिन्ना चिर अज्ञान है सतगुरु जी कहते गुरु के बिना तो सुते ही पे ने। पग उपताणा, सतगुरु जी फरमान करते ने कई इहोजे ने कि चप्पलां नहीं पाते, नंगे तुरी फिरते ने, नंगे पैरी तुरी फिरते ने कई, तो कई इहोजे ने कपाल आसन ला के तां लत्तां करके रहिंदे ने कि असीं रब नूं पाउणा। महाराज साहब जी कहिंदे ने कई तो इहोजे ने नंगे पैरी तुरी फिरते ने, कई योग मत दे विच वड़े ने। अपना किया कमाणा, तो सतगुरु जी कहिंदे उह कोई योग ही नहीं, क्योंकि जिहड़ा योग है वह है गली योग ना होए, ये गल्लां बातां दे नाल कदी योग नहीं हुंदा, योग ते उह है जिहड़ा वाहिगुरू दे नाल जुड़ जाणा। असली योग दा अर्थ ही उह है कि रब दे नाल जुड़ जाणा, एकमिक हो जाणा, उहनूं योग कहिंदे ने। पर सतगुरु जी कहिंदे अपना किया कमाणा, वह कोई साधु नहीं, वो आप का किया कमा रहे, जो जहा भेस किया उन्होंने वो जहाँ उन्होंने फल मिलया है। पर साडे मूर्ख लोग कहिंदे ने कि वो नंगे पैर ही फिरता, बड़ा तकड़ा साधु है, उन्होंने तो ठंड ही नहीं लगती ना उन्होंने गर्मी लगती, जिते मर्जी तुरी फिरे। महाराज साहब जी कहिंदे वो आपके कर्म भोग रहा, कोई साधु नहीं कह सकते उन्होंने, कोई योगी नहीं कह सकते, जिहड़ा पुट्ठा लंघिया तो वह साधु योगी है, वह आपके कर्मां की मार खांदा है। अल मल खाई सिर छाई पाई, वो तो इस प्रकार हैं जिवें किसी ने ताजी ताजी विष्टा खाधी हो, मल खाई कहीए कि मैल रूप निंदिया खाधी हो, जिसने वो तो इस प्रकार ने जिवें सिर के उत्ते सवाह पाई होवे। मूर्ख अंधा पत गवाई, सतगुरु जी कहिंदे ओ मूर्ख ने अन्ने ने पाती गवाली आपदी, इस लोक दे विच ते पत बनाउणी सी उन्हें, इस लोक दे विच ही पत गवाली, फिर परलोक दे विच कित्थे थां मिलेगी। जदों इस लोक दे विच ही उन्हूं ढोई नहीं मिली, इत्थों रहण वाले लोगों ने उन्हूं सांभिया नहीं, वह मूर्ख ने सारी उम्र ही पखंडी करी गया, कदी गुरु ग्रंथ साहिब नूं मन्नण लग पिया, कदी मड़ी मसाणियां ते चढ़ा गया, कदी किते एक दी सरन दे विच नहीं आया, कदी लत्तां ताण कर लईआं, कदी नंगे पैरीं हो गया, कदी तन ते कोई वस्त्र नहीं पहन किया,
कभी मुंह तो चुप हो गया कि मैं मौनी बन गया, हुण मैं बोलिया नहीं करना। 2 साल लंघे तो फिर बोलन लग पिया, बड़े ज्यादा भेख कीते। महाराज साहब कहिंदे ऐसे मूर्ख ने, अन्ने ने, आपदी लोक परलोक दे विच पातक वाली इज्जत नहीं रखाई। विण नावै किछ थाए ना पाई। क्योंकि गुरु ग्रंथ साहिब जी प्रमाण करदे ने बिना ना तों किसे ने कोई थां नहीं पाई, ना किसे नूं थां मिली है बिना नाम तों। सतयुग दे अंदर हरनाक्ष वर्गा राक्ष आया, पर थां किन्नू मिली? भगत ध्रुव नूं थां मिली, प्रहलाद उहनूं थां मिली, राजभाग किन्नू मिलिया? भगत प्रहलाद नूं। हरनाक्ष वर्गे राक्षस नूं नहीं थां मिली। ਉਹਦਾ ਤੇ ਸੰਘਾਤ ਕਰਤਾ ਅਕਾਲ ਪੁਰਖ ਨੇ ਨਰਸਿੰਘ ਰੂਪ ਧਾਰਨ ਕਰਕੇ। ਇਸ ਕਰਕੇ ਸਤਯੁਗ ਦੇ ਵਿੱਚ, ਤ੍ਰੇਤੇ ਦੇ ਵਿੱਚ, ਦੁਆਪਰ ਦੇ ਵਿੱਚ, ਕਲਯੁਗ ਦੇ ਵਿੱਚ ਆਦਿ ਕਾਲ ਤੋਂ ਹੀ ਮਹਾਰਾਜ ਸਾਹਿਬ ਜੀ ਆਪਣੇ ਭਗਤਾਂ ਦੀ ਲਾਜ ਥਾਂ ਰੱਖਦੇ ਆਉਂਦੇ ਨੇ। ਆਪਣੇ ਭਗਤਾਂ ਨੂੰ ਆਪ ਜਿਹੜਾ ਰਾਜ ਭਾਗ ਦਿੰਦੇ ਨੇ, ਕਿਉਂਕਿ ਭਗਤ ਦੀ ਪਦਵੀ ਸਭ ਤੋਂ ਉੱਚੀ ਮੰਨੀ ਹੈ। ਭਾਵੇਂ ਕੋਈ ਜਿੰਨਾ ਮਰਜ਼ੀ ਵਿਦਵਾਨ ਹੋਵੇ, ਭਾਵੇਂ ਕੋਈ ਪੰਡਿਤ ਹੋਵੇ, ਜਿੰਨੀ ਕੋਈ ਮਰਜ਼ੀ ਡਿਗਰੀ ਹਾਸਲ ਕਰੀ ਫਿਰਦਾ ਹੋਵੇ, ਭਾਵੇਂ ਕੋਈ ਮੁੱਖ ਮੰਤਰੀ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਭਗਤ ਦਾ ਦਰਜਾ ਉੱਚਾ ਹੀ ਰਹੇ। ਅੱਜ ਤੱਕ ਸੰਤ ਗਿਆਨੀ ਜਰਨੈਣ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਨਾਂ ਬੋਲਦਾ ਹੈ, ਭਗਤ ਦਾ ਨਾਂ ਬੋਲਦਾ ਹੈ ਸੰਤ ਜੀ, ਕਿਉਂਕਿ ਗੁਰਬਾਣੀ ਕਹਿੰਦੀ ਬਿਨਾਂ ਨਾਮ ਤੋਂ, ਵਾਹਿਗੁਰੂ ਦੇ ਨਾਂ ਤੋਂ ਕਿਸੇ ਨੂੰ ਥਾਂ ਨਹੀਂ, ਤੇ ਜਿਹਦੇ ਕੋਲ ਨਾਂ ਹੈ ਸਾਰੀ ਥਾਂ ਹੀ ਉਹਦੀ ਹੈ। ਸਗਲੀ ਧਰਤੀ ਸਾਧਕ, ਜਿੰਨੀ ਧਰਤੀ ਸਾਰੀ ਸਾਧੂ ਦੀ ਧਰਤੀ ਹੈ। ਇਸ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਅੱਜ ਨਾਮ ਬੋਲਦਾ ਹੈ। ਹਰੇਕ ਜੀਵ ਦੇ ਘਰੇ ਫੋਟੋ ਲੱਗੀ ਹੈ ਸੰਤਾਂ ਦੀ, ਕਿਉਂ ਲੱਗੀ ਹੈ? ਕਿਉਂਕਿ ਸਗਲੀ ਧਰਤੀ ਸਾਧਕ, ਬਾਹਰ ਮਹਾਂਪੁਰਖਾਂ ਦਾ ਪ੍ਰਚਾਰ ਹੁੰਦਾ ਹੈ, ਸਗਲੀ ਧਰਤੀ ਸਾਧਕ, ਸਾਰੀ ਧਰਤੀ ਉਹ ਸਾਧੂ ਦੀ ਹੋ ਜਾਂਦੀ ਜਿਹੜਾ ਨਾਮ ਜਪਦਾ ਹੈ ਵਾਹਿਗੁਰੂ ਦਾ, ਜਿਹੜਾ ਤੁਰ ਪੈਂਦਾ ਹੈ ਨਾ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਜਿਹਨੇ ਆਪਦੇ ਮਨ ਅੰਦਰ ਇਹ ਧਾਰਨ ਕਰ ਲਿਆ ਕਿ ਸੱਚ ਬੋਲਣਾ, ਭਾਵੇਂ ਸਿਰ ਲੱਥ ਦਾ ਲੱਥ ਬੰਦ ਬੰਦ ਕੱਟਿਆ ਜਾਵੇ ਕੋਈ ਚੱਕਰ ਨਹੀਂ, ਸਰੀਰ ਦਫਾੜ ਹੋ ਜਾਵੇ ਕੋਈ ਚੱਕਰ ਨਹੀਂ, ਖੋਪੜੀ ਲੱਥ ਜਾਵੇ ਕਿਸੇ ਦਾ ਡਰ ਨਹੀਂ, ਇੱਕੋ ਹੀ ਹੈ ਬਸ ਪਰਮੇਸ਼ਰ ਨਾ ਰੁੱਸ ਜਾਵੇ। ਕਿਉਂਕਿ ਗੁਰਮੁਖ ਜਨ ਪੜ੍ਹਦੇ ਨੇ ਨਾ, ਮੇਰਾ ਰੁੱਸੈ ਨਾ ਕਲਗੀਆਂ ਵਾਲਾ, ਭਾਵੇਂ ਸਾਰਾ ਜੱਗ ਰੁੱਸਦੇ। ਇਹ ਗੁਰਮੁਖ ਕੇ ਪੰਕਤੀਆਂ ਪੜ੍ਹਦੇ ਸੀ, ਹੁਣ ਤਾਂ ਪਤਾ ਨਹੀਂ ਪੜ੍ਹਦੇ ਕਿ ਨਹੀਂ, ਪਰ ਪਹਿਲੋਂ ਪ੍ਰੇਮ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਿਤੇ ਕਲਗੀ ਧਰਮ ਮਹਾਰਾਜ ਨਾ ਰੁੱਸ ਜਾਣ, ਸੰਸਾਰ ਰੁੱਸਦਾ ਤੇ ਭਾਵੇਂ 100 ਵਾਰੀ ਰੁੱਸ ਜੇ। ਇਸ ਕਰਕੇ ਉਹ ਭਗਤਾਂ ਦੀ ਸਾਰੀ ਥਾਂ ਹੈ, ਪਰ ਜਿੰਨੇ ਨਾਮ ਨਹੀਂ ਨਾ ਜਪਿਆ ਉਹਦੇ ਵਾਸਤੇ ਕੋਈ ਥਾਂ ਨਹੀਂ। ਮਾਲਵੇ ਦੇਸ਼ ਵਿੱਚ ਡੱਲੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਪੀੜ੍ਹੀ ਇੰਨੀ ਥਾਂ ਦੇ ਦਿਓ ਸੱਚਖੰਡ ਵਿੱਚ। ਸਤਿਗੁਰੂ ਜੀ ਕਹਿੰਦੇ ਡੱਲਿਆ ਅੰਮ੍ਰਿਤ ਛਕਲਾ, ਭਾਵੇਂ ਮੰਜੇ ਜਿੰਨੀ ਥਾਂ ਲੈ ਲਈ, ਉਹਨਾਂ ਚਿਰ ਸੱਚਖੰਡ ਦੇ ਵਿੱਚ ਪੀੜ੍ਹੀ ਜਿੰਨੀ ਥਾਂ ਹੋਣੀ ਮਿਲਣੀ ਜਿੰਨਾ ਚ ਅੰਮ੍ਰਿਤ ਨਾ ਛਕਿਆ। ਵੇਖੋ ਸੰਗਤ ਜੀ, ਡੱਲਾ ਸਤਿਗੁਰਾਂ ਦਾ ਗੁਰਸਿੱਖ ਸੀ, ਜਾਣ ਵਾਰਦਾ ਸੀ ਮਹਾਰਾਜ ਸਾਹਿਬ ਜੀ ਦੇ ਉੱਤੋਂ, ਪਰ ਸਤਿਗੁਰਾਂ ਨੇ ਵਚਨ ਕਰ ਦਿੱਤਾ ਭਾਵੇਂ ਤੂੰ ਗੁਰੂ ਦਰਬਾਰ ਦੇ ਵਿੱਚ ਆਉਣਾ, ਰੋਜ਼ ਆਉਣਾ ਹੈ, ਪਰ ਜਿੰਨਾ ਚਿਰ ਤੂੰ ਅੰਮ੍ਰਿਤ ਨਹੀਂ ਨਾ ਛਕਿਆ ਉਹਨਾਂ ਚਿਰ ਤੈਨੂੰ ਪੀੜ੍ਹੀ ਜਿੰਨੀ ਥਾਂ ਵੀ ਨਹੀਂ ਮਿਲਣੀ। ਇਸ ਕਰਕੇ ਸੰਗਤ ਨੂੰ ਵੀ ਬੇਨਤੀ ਹੈ, ਸੰਗਤ ਜੀ ਭਾਵੇਂ ਗੁਰੂ ਦਰਬਾਰ ਆਉਂਦੇ ਹੋ ਬੜੀ ਚੰਗੀ ਗੱਲ ਹੈ, ਪਰ ਵੇਖ ਲਓ ਹੁਣ ਡੱਲੇ ਨੂੰ ਥਾਂ ਨਹੀਂ ਮਿਲੀ। ਥਾਂ ਕਦੋਂ ਮਿਲੀ? ਜਦੋਂ ਉਹਨੇ ਅੰਮ੍ਰਿਤ ਛਕਿਆ, ਡੱਲ ਸਿੰਘ ਬਣ ਗਿਆ। ਆਪਾਂ ਵੀ ਆਪਦੇ ਨਾਮ ਅਗਰ ਸਿੰਘ ਕੌਰ ਦੀ ਪਕਿਆਈ ਕਰਵਾਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਜਿਹਦੇ ਨਾਲ ਸਾਨੂੰ ਵੀ ਸੱਚਖੰਡ ਦੇ ਵਿੱਚ ਥਾਂ ਮਿਲੇ, ਕਿਉਂਕਿ ਬਿਨਾਂ ਨਾਮ ਤੋਂ ਤੇ ਕਿਸੇ ਨੂੰ ਥਾਂ ਨਹੀਂ ਪ੍ਰਾਪਤ। ਰਹਿ ਬੇਬਾਣੀ ਮੜੀ ਮਸਾਣੀ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਈ ਬੀਜਾ ਬਾਣ ਦੇ ਵਿੱਚ ਰਹਿੰਦੇ ਨੇ, ਜੰਗਲਾਂ ਦੇ ਵਿੱਚ ਬ੍ਰਿਛਾਂ ਦੇ ਥੱਲੇ, ਬ੍ਰਿਛਾਂ ਦੇ ਉੱਤੇ, ਬ੍ਰਿਛਾਂ ਦੇ ਵਿੱਚ ਰਹਿੰਦੇ ਨੇ, ਬੀਜਾ ਬਾਣ ਦੇ ਵਿੱਚ, ਜੰਗਲਾਂ ਦੇ ਵਿੱਚ ਭੜਕ ਰਹੇ ਨੇ, ਕਈ ਮੜੀਆਂ ਮਸਾਣੀਆਂ ਦੇ ਵਿੱਚ ਭੜਕ ਰਹੇ ਨੇ। ਅੰਧ ਨਾ ਜਾਣੈ ਫਿਰ ਪਛਤਾਣੀ। ਸਤਿਗੁਰੂ ਜੀ ਕਹਿੰਦੇ ਹੁਣ ਤੇ ਕਹਿੰਦੇ ਨੇ ਕਿ ਸਾਡੀ ਉਹ ਫਕੀਰ ਨੇ ਬੜੀ ਜ਼ਿਆਦਾ ਸੁਣੀ, ਅਸੀਂ ਇੱਕ ਵਾਰੀ ਗਏ ਉਹਦੇ ਡੇਰੇ 'ਤੇ, ਸਾਡਾ ਤਾਂ ਮੁੰਡਾ ਠੀਕ ਹੋ ਗਿਆ, ਸਾਡਾ ਪੈਲੀ ਦਾ ਰੌਲਾ ਸੀ ਠੀਕ ਹੋ ਗਿਆ, ਪਰ ਸਤਿਗੁਰੂ ਜੀ ਕਹਿੰਦੇ ਇਹ ਜਿਹੜੇ ਨਿੱਕੇ ਮੋਟੇ ਸੁੱਖ ਨੇ ਨਾ, ਅੰਧ ਨਾ ਜਾਣਾ, ਉਹਨਾਂ ਜੀਵ ਨਹੀਂ ਜਾਣਦਾ, ਇਹਦੇ ਨਿੱਕੇ ਮੋਟੇ ਸੁੱਖ ਜਿਹੜੇ ਨੇ ਇਹ ਤਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ 'ਚੋਂ ਮਿਲ ਜਾਂਦੇ ਨੇ।
ਰਿੱਧੀਆਂ ਸਿੱਧੀਆਂ ਤੇ ਸਾਧੂ ਦੇ ਦਰਬਾਰ ਤੇ ਤੁਰੀਆਂ ਫਿਰਦੀਆਂ ਨੇ। ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਹੈ, ਇੱਥੇ ਤੇ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਅੰਧ ਨਾ ਜਾਣਾ ਫਿਰ ਪਛਤਾਣੀ, ਉਹ ਅੰਨੇ ਜੀਵ ਇਹ ਨਹੀਂ ਜਾਣਦੇ ਜਿਨ੍ਹਾਂ ਕੋਲ ਅਸੀਂ ਗਏ ਉਹ ਤੇ ਆਪ ਨਹੀਂ ਤਰੇ, ਹਜੇ ਆਪ ਭੜਕ ਰਹੇ ਨੇ, ਆਪ ਹਜੇ ਕਬਰਾਂ ਦੇ ਵਿੱਚ ਬੰਦ ਨੇ, ਬੰਦੀ ਨੇ ਕਬਰਾਂ ਦੇ ਵਿੱਚ ਹਜੇ ਤੱਕ। ਭਾਵੇਂ ਰਿੱਧੀਆਂ ਸਿੱਧੀਆਂ ਉਹਨਾਂ ਧਾਰਨ ਕਰ ਲਈਆਂ, ਪਰ ਰਿੱਧ ਸਿੱਧ ਅਵਲਾ ਸਾਧ, ਇਹ ਤੇ ਹੋਰ ਹੀ ਸਵਾਦ ਇਹਨਾਂ ਦਾ, ਕੋਈ ਬ੍ਰਹਮ ਗਿਆਨ ਵਾਲਾ ਸਵਾਦ ਨਹੀਂ ਇਹਨਾਂ ਦਾ। ਫਿਰ ਪਛਤਾਣੀ, ਉਹ ਜੀਵ ਇੱਕਰੀ ਤੇ ਉਹਨਾਂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਪਰ ਬਾਅਦ ਚੋਂ ਪਛਤਾਉਂਦੇ ਨੇ ਜਦੋਂ ਅੰਤਲਾ ਵੇਲਾ ਆਉਂਦਾ ਹੈ, ਜਦੋਂ ਕਾਲੇ ਮੂੰਹ ਵਾਲੇ ਵੱਡੇ ਵੱਡੇ ਸਿੰਘਾਂ ਵਾਲੇ ਜਮ ਦੇਖਦੇ ਨੇ ਨਾ ਜੀਵ ਨੂੰ, ਫਿਰ ਡਰ ਲੱਗਦਾ ਹੈ ਕਿ ਸਾਰੀ ਉਮਰ ਕਿੱਥੇ ਭੜਕੀ ਗਿਆ, ਅੰਮ੍ਰਿਤ ਛਕ ਕੇ ਕਬਰਾਂ ਦੇ ਕਿਉਂ ਗਿਆ, ਹੁਣ ਪਛਤਾਉਣਾ ਪਵੇਗਾ। ਕਿਉਂਕਿ ਸੰਗਤ ਜੀ, ਜਮਾਂ ਦਾ ਜਿਹੜਾ ਡੰਡ ਹੈ ਨਾ, ਇਹ ਬੜਾ ਵੱਡਾ ਦੁੱਖ ਮੰਨਿਆ ਹੈ। ਜੇ ਤੇ ਜਮਾਂ ਦੇ ਡੰਡ ਤੋਂ ਬਚਣਾ ਹੈ, ਸੱਚੇ ਦੀ ਸ਼ਰਨ ਲੱਗ ਜਾਓ। ਜੇ ਇੱਕ ਵਾਰੀ ਸਵਾਦ ਵੇਖਣਾ ਹੈ, ਸਵਾਦ ਦੇ ਅੱਗੇ ਵੀ ਬੜੀ ਵਾਰੀ ਵੇਖਿਆ, ਚੇਤਾ ਭੁੱਲਿਆ ਸਾਰਿਆਂ ਨੂੰ, ਕਿਉਂਕਿ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਬੜੇ ਜਨਮ ਹੋ ਗਏ ਨੇ, ਇੱਕ ਜਨਮ ਨਹੀਂ ਹੋਇਆ। ਹੁਣ ਸਵਾਰ ਜਿਹਾ ਜਿਹਨੂੰ ਭੁੱਲ ਗਿਆ ਉਹ ਤੇ ਭਾਈ ਮਾੜੇ ਕਰਮ ਕਰ ਲਓ, ਕਿਸੇ ਦੀ ਪੈਲੀ ਨੱਪ ਲਓ, ਕਿਸੇ ਨਾਲ ਧੱਕਾ ਕਰ ਲਓ, ਕਿਸੇ ਗਰੀਬ ਦੇ ਮੂੰਹ 'ਚ ਰੋਟੀ ਖੋਲੋ, ਕਿਸੇ ਦੀ ਚੁਗਲਿਆ ਚੁਗਲੀ ਨਿੰਦਿਆ ਕਰ ਲਓ, ਉਹ ਤੇ ਜਮਾਂ ਦਾ ਦੰਡ ਲੈ ਲਓ ਭਾਈ। ਪਰ ਜਿਹਨੇ ਪਛਤਾਉਣਾ ਨਹੀਂ ਅਖੀਰ ਤੇ, ਜਿਹਨੂੰ ਇਹ ਹੈ ਕਿ ਮੈਂ ਤਰਨਾ ਹੈ ਸੰਸਾਰ ਸਮੁੰਦਰ ਤੋਂ, ਗੁਰੂ ਨਾਨਕ ਦੇ ਚਰਨੀ ਲੱਗਣਾ ਹੈ, ਉਹ ਭਾਈ ਨਾਮ ਦੀ ਦਾਤ ਲੈ ਲਓ, ਉਹ ਅੰਮ੍ਰਿਤ ਛਕ ਲਓ। ਕਿਉਂਕਿ ਸਤਿਗੁਰਾਂ ਨੇ ਫੁਰਮਾਨ ਹੀ ਕਰ ਦਿੱਤਾ, ਅੰਧ ਨਾ ਜਾਣਾ ਹੈ, ਉਹ ਅੰਨਾ ਜੀਵ ਨਹੀਂ ਜਾਣਦਾ, ਫਿਰ ਪਛਤਾਣੀ। ਫਿਰ ਜਦੋਂ ਅਖੀਰਲਾ ਸਮਾਂ ਆਇਆ ਨਾ, ਉਦੋਂ ਪਛਤਾਵੇਗਾ, ਸਾਰੀ ਉਮਰ ਕਿੱਥੇ ਤੁਰੀ ਫਿਰਿਆ। ਸਤਿਗੁਰ ਭੇਟੇ ਸੋ ਸੁਖ ਪਾਏ, ਜਿਹਨੂੰ ਸਤਿਗੁਰਾਂ ਦੇ ਨਾਲ ਮਿਲਾਪ ਹੋ ਗਿਆ, ਗੁਰੂ ਨਾਨਕ ਸਰੂਪ ਅਕਾਲ ਪੁਰਖ ਦੇ ਦਰਸ਼ਨ ਹੋ ਗਏ, ਫਿਰ ਉਹਨੂੰ ਸੁਖ ਦੀ ਪ੍ਰਾਪਤੀ ਹੋਈ ਹੈ। ਹਰ ਕਾ ਨਾਮ ਮਨ ਵਸਾਏ, ਕਿਉਂਕਿ ਉਹਨੇ ਹਰੀ ਵਾਹਿਗੁਰੂ ਪਰਮਾਤਮਾ ਦਾ ਨਾਮ ਆਪਦੇ ਮਨ ਦੇ ਵਿੱਚ ਵਸਾ ਲਿਆ, ਆਪਦੇ ਮਨ ਦੇ ਵਿੱਚ ਪੱਕਾ ਕਰ ਲਿਆ ਕਿ ਨਾਮ ਤੋਂ ਬਗੈਰ ਥਾਂ ਨਹੀਂ ਕੋਈ। ਜੇ ਕੋਈ ਧੀਆਂ ਪੁੱਤ ਹੈ, ਸਾਕ ਸੰਬੰਧੀ ਨੇ, ਇਹ ਸਾਰੇ ਝੂਠੇ ਨੇ, ਕਿਉਂਕਿ ਜਦੋਂ ਅਖੀਰਲਾ ਸਮਾਂ ਆਉਣਾ, ਕਿਸੇ ਨੇ ਬਾਂਹ ਨਹੀਂ ਫੜਨੀ। ਜੇ ਬਾਂਹ ਫੜਨੀ ਤੇ ਨਾਮ ਨੇ ਬਾਂਹ ਫੜਨੀ ਹੈ। ਭਾਵੇਂ ਹੁਣ ਜਿੰਨੇ ਮਰਜ਼ੀ ਲੱਗਦੇ ਨੇ, ਇਹ ਲੱਗਦੇ ਨੇ ਸਾਰੇ ਲਾਗੇ ਲਾਗੇ ਸੁੱਖ ਦੇ ਕਰਕੇ। ਜੇ ਜੀਵ ਦੇ ਕੋਲ ਕੋਈ ਧਾਰਨਾ ਨਾ ਹੋਵੇ, ਕੋਈ ਲਾਗੇ ਨਹੀਂ ਲੱਗਦਾ ਕਿ ਮੈਨੂੰ ਪੈਸੇ ਮੰਗ ਲੂਗਾ, ਕੋਈ ਧਾਰ ਸ਼ੁਮਾਰ ਮੰਗ ਲੂਗਾ। ਜਦੋਂ ਜੀਵ ਕੋਲ ਪੈਸੇ ਆ ਜਾਣ, ਮਾਇਆ ਦੀ ਬਹੂਲਤਾ ਵੱਧ ਜੇ, ਸਾਰੇ ਭੱਜੇ ਆਉਂਦੇ ਨੇ, ਪੁੱਤ ਵੀ ਆਉਂਦਾ, ਧੀ ਵੀ ਆਉਂਦੀ, ਸਾਕ ਸੰਬੰਧੀ ਵੀ ਆਉਂਦੇ ਨੇ ਕਿ ਮਾਇਆਧਾਰੀ ਹੈ, ਕਿਸੇ ਵਕਤ ਲੋੜ ਹੀ ਪੈ ਸਕਦੀ ਹੈ ਇਹਦੀ। ਪਰ ਜੇ ਕਿਸੇ ਕੋਲ ਮਾਇਆ ਨਾ ਹੋਵੇ, ਫਿਰ ਨਹੀਂ ਕੋਈ ਆਉਂਦਾ। ਜਿਨ੍ਹਾਂ ਨੇ ਨਾਮ ਜਪਿਆ, ਗੁਰੂ ਨਾਨਕ ਸਰੂਪ ਦੇ ਦਰਸ਼ਨ ਕਰ ਲਏ, ਉਹਨਾਂ ਨੂੰ ਇਹ ਚੀਜ਼ ਦਾ ਗਿਆਨ ਹੋ ਜਾਂਦਾ ਹੈ ਕਿ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਇਹ ਮਿੱਤਰਾ, ਇਹ ਜੀਵ ਇਹ ਜਾਣ ਲਾ ਕਿ ਸੰਸਾਰ ਦੀ ਜਿਹੜੀ ਰਚਨਾ ਹੈ, ਸੰਸਾਰ ਦੇ ਵਿੱਚ ਜੀਵ ਨੇ, ਸਾਰੇ ਝੂਠੇ ਨੇ, ਇਹ ਮੋਹ ਮਾਇਆ ਦੇ ਵਿੱਚ ਖਚਤ ਨੇ। ਇਸ ਕਰਕੇ ਜਿਨ੍ਹਾਂ ਨੇ ਗੁਰੂ ਨਾਨਕ ਸਰੂਪ ਦੇ ਦਰਸ਼ਨ ਕਰ ਲਏ, ਹਰੀ ਵਾਹਿਗੁਰੂ ਪਰਮਾਤਮਾ ਦਾ ਨਾਮ ਆਪਦੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਗ੍ਰਹਿਣ ਕਰ ਲਿਆ, ਉਹਨਾਂ ਨੂੰ ਇਹ ਸਾਰੀ ਸੋਝੀ ਆ ਜਾਂਦੀ ਹੈ। ਨਾਨਕ ਨਦਰ ਕਰੇ ਸੋ ਪਾਏ, ਜਿੱਤੇ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ ਜੀ ਦੀ ਨਜ਼ਰ ਹੋ ਜਾਵੇ ਨਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ, ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ। ਉਹਨੂੰ ਪ੍ਰਾਪਤੀ ਕੀ ਹੁੰਦੀ ਹੈ ਕਿ ਜਿੰਨਾ ਆਸਾ ਮਨਸਾ ਹੈ ਸਾਡੇ ਅੰਦਰ, ਅੰਦੇਸੇ ਕਹੀਏ ਕਿ ਸੰਸੇ ਨੇ, ਸੰਸਾ ਰਹਿੰਦਾ ਹੈ ਧੀਆਂ ਪੁੱਤਰਾਂ ਦਾ, ਬੜਾ ਜ਼ਿਆਦਾ ਫਿਕਰ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਜਿੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਜ਼ਰ ਹੋ ਗਈ ਹੈ ਅਕਾਲ ਪੁਰਖ ਦੀ, ਉਹਦੇ ਸਾਰੇ ਹੀ ਆਸੇ ਅੰਦੇਸੇ ਜਿੰਨੇ ਸੰਸੇ ਨੇ, ਇਹ ਨਹਿ ਕੇਵਲ ਕਹੀਏ ਕਿ ਸਾਰੇ ਹੀ ਨਾਸ਼ ਹੋ ਜਾਂਦੇ ਨੇ, ਨਹਿ ਕੇਵਲ ਕਹੀਏ ਕਿ ਉਹਨੂੰ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਹਉਮੈ ਸ਼ਬਦ ਜਲਾਏ, ਜਿਹੜੀ ਹਉਮੈ ਦੀ ਸਾਡੇ ਅੰਦਰ ਹੱਕ ਲੱਗੀ ਹੈ ਕਿ ਹਉ ਮੈਂ, ਕੇਵਲ ਤੇ ਕੇਵਲ ਮੈਂ ਹਾਂ ਸੰਸਾਰ 'ਤੇ, ਬਾਕੀ ਸਾਰੇ ਝੂਠੇ ਨੇ। ਕਿਉਂਕਿ ਬੰਦੇ ਨੂੰ ਲੱਗਦਾ ਮੈਂ ਨਹੀਂ ਮਰਨਾ, ਬਾਕੀ ਸਾਰਿਆਂ ਨੇ ਮਰ ਜਾਣਾ, ਮੈਂ ਬੜਾ ਧਨ ਕਮਾਇਆ, ਮੈਂ ਪੈਸੇ ਦੇ ਜ਼ੋਰ 'ਤੇ ਜੀ ਲਾਂਗਾ, ਹੋਰ
ਜੀਵ ਆਪਦੇ ਅੰਦਰ ਹਉਮੈ ਦੀ ਹੰਤਾ ਮਮਤਾ ਰੱਖਦਾ ਹੈ, ਪਰ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਜਿੱਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਪੈ ਗਈ ਇੱਕ ਵਾਰੀ, ਉਹਦੇ ਜਿੰਨੇ ਆਸਾਂ ਨੇ ਸੰਸੇ ਨੇ, ਹਉਮੈ ਦੀ ਅੱਗ ਲੱਗੀ ਅੰਦਰ, ਇਹ ਗੁਰੂ ਦੇ ਸ਼ਬਦ ਦੇ ਨਾਲ ਸਾਰੀ ਸੜ ਜਾਂਦੀ ਹੈ। ਪੌੜੀ ਭਗਤ ਤੇਰੇ ਮਨ ਭਾਵ ਦੇ, ਦਰ ਸੋਹਨ ਕੀਰਤ ਗਾਵ ਦੇ। ਜਿਨ੍ਹਾਂ ਦੇ ਅੰਦਰੋਂ ਹਉਮੈ ਦੀ ਮੈਲ ਸੜ ਗਈ, ਉਹ ਕੀ ਸਰੂਪ ਹੋ ਗਏ? ਭਗਤ ਸਰੂਪ ਹੋ ਗਏ। ਫਿਰ ਭਗਤਾਂ ਦੀ ਬਾਬਤ ਸਤਿਗੁਰੂ ਜੀ ਪ੍ਰਮਾਣ ਕਰਦੇ ਨੇ, ਭਗਤ ਤੇਰਾ ਮਨ ਭਾਵ ਦੇ, ਦਰ ਸੋਹਨ ਕੀਰਤ ਗਾਵ ਦੇ। ਭਗਤ ਉਹ ਨੇ ਜਿਹੜੇ ਆਪ ਜੀ ਨੂੰ ਭਾਉਂਦੇ ਨੇ ਵਾਹਿਗੁਰੂ ਜੀ, ਜਿਵੇਂ ਸੰਗਤ ਜੀ ਆਪ ਗੁਰੂ ਗ੍ਰੰਥ ਸਾਹਿਬ ਨੂੰ ਪਾਏ, ਉਹ ਸਾਰੇ ਭਗਤ ਬੈਠੇ ਹੋਏ ਇੱਥੇ, ਭਗਤ ਮੰਡਲੀ ਬੈਠੀ ਹੈ। ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਚੰਗੇ ਲੱਗਦੇ ਨੇ ਉਹਨਾਂ ਨੂੰ ਆਪਦੇ ਘਰ ਸੱਦਦੇ ਨੇ, ਕੋਈ ਦੁੱਕੀ ਤਿੱਕੀ ਨੂੰ ਨਹੀਂ ਸੱਦਦੇ, ਕੱਚੇ ਪਿੱਲੇ ਨੂੰ ਆਪਦੇ ਘਰ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਸੱਦਦੇ। ਜਿੱਥੇ ਮਹਾਰਾਜ ਸਾਹਿਬ ਦੀ ਮਿਹਰ ਹੋਵੇ ਨਾ, ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਬਹਿੰਦਾ, ਕੋਈ ਹੋਰ ਨਹੀਂ ਬਹਿ ਸਕਦਾ। ਜਿੱਥੇ ਸਤਿਗੁਰੂ ਜੀ ਕਿਰਪਾ ਮਿਹਰਾਮਤ ਕਰ ਦੇਣ, ਉਹਨੂੰ ਭਗਤੀ ਦਾ ਦਰਜਾ ਮਿਲਦਾ ਹੈ। ਦਰ ਸੋਹਣ ਕੀਰਤ ਗਾਉਂਦੇ, ਉਹ ਵਾਹਿਗੁਰੂ ਦੇ ਦਰਬਾਰ ਦੇ ਅੰਦਰ ਬੜੇ ਸੋਹਣੇ ਲੱਗਦੇ ਨੇ, ਬੜੇ ਸੋਭਨੀਕ ਨੇ ਜਿਹੜੇ ਕੀਰਤੀ ਗਾਉਂਦੇ ਨੇ। ਨਾਨਕ ਕਰਮਾ ਬਾਹਰੇ, ਦਰ ਢੋ ਨਾ ਲਹਿਣੀ ਧਾਵ ਦੇ। ਤੇ ਜਿਹੜੇ ਕਰਮਾਂ ਤੋਂ ਬਾਹਰੇ ਨੇ, ਜਿਨ੍ਹਾਂ ਨੂੰ ਕੋਈ ਕਰਮ ਨਹੀਂ, ਭਾਵ ਕਿ ਮਾੜੇ ਹੀ ਕਰਮ ਕੀਤੇ, ਚੰਗਾ ਕਰਮ ਕੋਈ ਵੀ ਨਹੀਂ ਕੀਤਾ, ਚੰਗੇ ਕਰਮਾਂ ਤੋਂ ਬਾਹਰ ਨੇ ਅਜੇ, ਦਰ ਢੋ ਨਾ ਲਹਿਣੀ ਧਾਵ ਦੇ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਦੇ ਦਰਬਾਰ ਦੇ ਅੰਦਰ ਕੋਈ ਢੋਈ ਨਹੀਂ, ਜਿੱਥੇ ਮਰਜ਼ੀ ਭੜਕੀ ਜਾਣ। ਫਿਰ ਤੇ ਧਾਵ ਦੇ ਕਹੀਏ ਕਿ 84 ਲੱਖ ਜੂਨ ਦੇ ਵਿੱਚ ਭੜਕਦੇ ਫਿਰਦੇ ਨੇ, ਜਿਹੜੇ ਕਰਮਾਂ ਤੋਂ ਬਾਹਰ ਹੀ ਨਹੀਂ ਨਾ ਜੀਵ, ਕਦੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਮਹੀਨੇ ਬਾਅਦ ਸੰਗਰਾਂਦ ਦਾ ਦਿਹਾੜਾ ਆਉਂਦਾ ਉਦੋਂ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ। ਕਈ ਹੈਗੇ ਨੇ ਜੀਵ ਕਿ ਕਿਸੇ ਨੂੰ ਵੀ ਨਹੀਂ ਮੰਨਦੇ, ਗੁਰੂ ਕੋਈ ਵੀ ਨਹੀਂ ਧਾਰਨ ਕੀਤਾ, ਤੇ ਭੜਕੀ ਫਿਰਦੇ ਨੇ 84 ਲੱਖ ਜੂਨਾਂ ਦੇ ਵਿੱਚ। ਨਾਸਤਕ ਆਏ ਤੇ ਨਾਸਤਕ ਹੀ ਚਲੇ ਗਏ, ਕੋਈ ਕਰਮ ਨਹੀਂ ਕਮਾਇਆ। ਕੀ ਕਰਮ ਕਮਾਇਆ? ਕਿ ਠੱਗੀ ਕਰ ਲਈ ਕਿਸੇ ਨਾਲ, ਕਿਸੇ ਦੇ ਪੈਸੇ ਨਾਪਲੇ, ਮਾੜਾ ਕਰਮ ਕਰ ਲਿਆ, ਦੂਜੇ ਭਾਏ ਪਿਆਰ ਰੱਖਿਆ। ਇਹ ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇਹ ਕਰਮ ਕੀਤੇ ਨਾ, ਉਹਨਾਂ ਨੂੰ ਪਰਮੇਸ਼ਰ ਦੇ ਦਰਬਾਰ ਦੇ ਅੰਦਰ ਕੋਈ ਢੋਈ ਨਹੀਂ ਮਿਲਦੀ, ਜਗ੍ਹਾ ਨਹੀਂ ਮਿਲਦੀ। 84 ਲੱਖ ਜੂਨਾਂ ਦੇ ਵਿੱਚ ਭਰਮਦੇ ਹਨ। ਇੱਕ ਮੂਲ ਨਾ ਬੁੱਝਣ ਆਪਣਾ, ਅਣ ਹੁੰਦਾ ਆਪ ਗਣਾਏ ਜੇ। ਉਹ ਜਿਹੜੇ ਨੇ ਉਹ ਆਪਦੇ ਮੂਲ ਨੂੰ ਤੇ ਬੁੱਝਦੇ ਨਹੀਂ, ਅਸੀਂ ਆਏ ਕਿੱਥੋਂ, ਆਪਦਾ ਮੂਲ ਰੱਖਦੇ ਨੇ ਕਿ ਮੇਰਾ ਪਿਓ ਹੀ ਮੇਰਾ ਮੂਲ ਹੈ, ਜਿੱਥੋਂ ਮੈਂ ਜਨਮਿਆ ਮੇਰੇ ਮਾਤਾ ਪਿਤਾ ਹੀ ਮੇਰਾ ਮੁੱਢ ਨੇ। ਪਰ ਉਹ ਜੀਵ ਇਹ ਨਹੀਂ ਜਾਣਦਾ ਕਿ ਜਿੱਥੋਂ ਮੈਂ ਆਇਆ ਹਾਂ ਉਹ ਮੇਰਾ ਮੁੱਢ ਅਸਲੀ ਹੈ। ਕਹੋ ਕਬੀਰ ਇਹ ਬ੍ਰਹਮ ਕੀ ਅੰਸ਼, ਉਹਨੂੰ ਜੀਵ ਨੂੰ ਭੁੱਲੇ ਨੂੰ ਅੰਨੇ ਨੂੰ ਇਹ ਨਹੀਂ ਪਤਾ ਕਿ ਸਾਡਾ ਮੁੱਢ ਅਕਾਲ ਪੁਰਖ ਹੈ, ਅਸੀਂ ਸਾਰੇ ਅਕਾਲ ਪੁਰਖ ਦੀ ਅੰਸ਼ ਹਾਂ। ਅੰਸ਼ ਕਿੰਨੀ ਕੁ ਹੁੰਦੀ ਹੈ? ਕਹਿੰਦੇ ਨੇ ਜਿੰਨਾ ਕੁ ਸਰੋਂ ਦਾ ਦਾਣਾ ਹੁੰਦਾ ਹੈ, ਸਰੋਂ ਦੇ ਦਾਣੇ ਦਾ 10ਵਾਂ ਹਿੱਸਾ ਹੁੰਦਾ ਹੈ ਰਾਈ, ਰਾਈ ਦਾ 10ਵਾਂ ਹਿੱਸਾ ਅੰਸ਼ ਮੰਨਿਆ ਜਾਂਦਾ ਹੈ। ਉਹਨੂੰ ਮਨੁੱਖੀ ਅੱਖ ਨਹੀਂ ਵੇਖ ਸਕਦੀ, ਉਹ ਪੈਰੀਸਕੋਪ ਦੇ ਨਾਲ ਜਿਹੜਾ ਡੂੰਘੇ ਜਿਹਾ ਕਰਕੇ ਵੇਖੀਦਾ, ਛੋਟੀ ਚੀਜ਼ ਵੱਡੀ ਦਿਸਣ ਲੱਗ ਪੈਂਦੀ ਹੈ, ਉਹਦੇ ਨਾਲ ਵੇਖਣਾ ਪੈਂਦਾ ਹੈ। ਇਸ ਕਰਕੇ ਇੰਨੀ ਕੁ ਅੰਸ਼ ਹਾਂ ਆਪਾਂ ਅਕਾਲ ਪੁਰਖ ਦੀ, ਬਾਕੀ ਵੇਖ ਲਓ ਬ੍ਰਹਿਮੰਡ ਕਿੱਡਾ ਵੱਡਾ ਹੈ। ਅਸੀਂ ਜਿਹੜੇ ਬੜੇ ਕਹਿੰਦੇ ਕਿ ਬੜੇ ਧਨੀ ਹਾਂ, ਬੜੇ ਬਲੀ ਪੁਰਸ਼ ਹਾਂ, ਬਲਵਾਨ ਹਾਂ, ਪਰ ਗੁਰੂ ਗ੍ਰੰਥ ਸਾਹਿਬ ਨਿਰਣਾ ਕਰਤਾ ਕਿ ਬਾਹਲੀ ਛੋਟੀ ਅੰਸ਼ ਹਾਂ ਅਕਾਲ ਪੁਰਖ ਦੀ। ਅਸੀਂ ਸਮਝਦੇ ਸਾਡਾ ਤੇ ਆਕਾਰ ਹੀ ਬੜਾ ਵੱਡਾ, ਪਰ ਜਿੰਨਾ ਅਕਾਲ ਪੁਰਖ ਦਾ ਪਸਾਰਾ ਹੈ ਨਾ, ਉਹਦੇ ਬਰਾਬਰ ਅਸੀਂ ਅੰਸ਼ ਦੀ ਮਾਤਰ ਹਾਂ, ਜਿਹੜੀ ਆਮ ਤੌਰ 'ਤੇ ਦਿਸਦੀ ਵੀ ਨਹੀਂ, ਜਿਹੜੀ ਵੇਖਣੀ ਵੀ ਪੈਰੀਸਕੋਪ ਦੇ ਨਾਲ ਪੈਂਦੀ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਮੂਲ ਨਾ ਪੁੱਜਣਾ ਆਪਣਾ, ਜਿਨ੍ਹਾਂ ਨੇ ਆਪਦਾ ਮੂਲ ਨਹੀਂ ਪੁੱਜਿਆ ਕਿ ਅਸੀਂ ਅਕਾਲ ਪੁਰਖ ਦੀ ਅੰਸ਼ ਹਾਂ। ਅਣ ਹੁੰਦਾ ਆਪ ਗੁਣਾਏ ਦੇ, ਆਪਣੇ ਆਪ ਨੂੰ ਸਮਝਦੇ ਨੇ ਅਸੀਂ ਬੜੇ ਗੁਣਾਂ ਵਾਲੇ ਹਾਂ, ਅਣ ਹੋਏ ਗੁਣਾਂ ਵਾਲੇ ਸਮਝਦੇ, ਹੁੰਦੇ ਨਹੀਂ ਗੁਣਾਂ ਵਾਲੇ, ਪਰ ਆਪਣੇ ਆਪ ਨੂੰ ਗੁਣਵਾਨ ਸਮਝਦੇ ਹਨ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਜੇ। ਸਤਿਗੁਰੂ ਜੀ ਫਰਮਾਨ ਕਰਦੇ ਨੇ ਅਸੀਂ ਤੇ ਢਾਡੀ ਹਾਂ ਨੀਚ ਜਾਤ ਵਾਲ। ਨੀਚ ਜਾਤ ਕਹੀਏ ਕਿ ਨਿਮਰਤਾ ਦੀ ਜਾਤ ਨੀਚ, ਕਿਉਂਕਿ ਨੀਚਾ ਅੰਦਰ ਨੀਚ ਜਾਤ
ਨੀਚੀ ਹੂੰ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਆ ਸਿਉ ਕੈ ਰੀਸ। ਜਿੱਥੈ ਨੀਚ ਸੰਭਾਲੀਅਣ ਤਿੱਥੈ ਨਦਰ ਤੇਰੀ ਬਖਸੀਸ। ਜਿਹਨੇ ਆਪਦਾ ਮਨ ਨੀਵਾਂ ਕਰ ਲਿਆ ਨਾ ਅਤੇ ਮੱਤ ਉੱਚੀ ਕਰ ਲਈ। ਰੋਜ਼ ਗੁਰਸਿੱਖ ਅਰਦਾਸ ਦੇ ਵਿੱਚ ਮੰਗਦੇ ਨੇ ਕਿ ਸਤਿਗੁਰੂ ਜੀ ਆਪ ਜੀ ਕੇ ਖਾਲਸੇ ਦਾ ਮਨ ਨੀਵਾਂ ਅਤੇ ਮੱਤ ਉੱਚੀ ਰੱਖਣੀ, ਕਿਰਪਾ ਮਿਹਰਾਮਤ ਕਰਨੀ, ਮਤ ਪਤ ਦੇ ਰਾਖੇ ਆ ਆਪ ਅਕਾਲ ਪੁਰਖ ਵਾਹਿਗੁਰੂ ਜੀ। ਇਹ ਗੁਰਸਿੱਖ ਅਰਦਾਸ ਕਰਦੇ ਨੇ ਰੋਜ਼। ਇਸ ਕਰਕੇ ਗੁਰਮਤਿ ਦਾ ਸਿਧਾਂਤ ਹੈ ਕਿ ਮਨ ਨੂੰ ਨੀਵਾਂ ਰੱਖਣਾ, ਹੰਕਾਰੀ ਵਿਕਾਰੀ ਨਾ ਬਣਾਉਣਾ। ਸਤਿਗੁਰੂ ਜੀ ਕਹਿੰਦੇ ਅਸੀਂ ਤੇ ਉਹਦੇ ਦਰਬਾਰ ਦੇ ਢਾਡੀ ਹਾਂ ਜਸ ਗੁਣ ਵਾਲੇ। ਨਿਮਰਤਾ ਦੀ ਸਾਡੀ ਜਿਹੜੀ ਜਾਤ ਹੈ ਹੋਰ ਉੱਤਮ ਜਾਤ ਸਦਾਏ ਦੇ, ਹੋਰ ਜਿਹੜੇ ਹੰਕਾਰੀ ਬ੍ਰਾਹਮਣ ਪੰਡਿਤ ਨੇ ਸਾਰੇ ਉੱਚੀ ਜਾਤੀ ਨੂੰ ਸਦਾਉਂਦੇ ਨੇ। ਤਿੰਨ ਮੰਗਾ ਜੇ ਤੁਝੈ ਧਿਆਏ ਦੇ, ਪਰ ਉਹ ਹੰਕਾਰੀ ਵਿਕਾਰੀ ਨੇ ਸਤਿਗੁਰੂ ਜੀ ਕਹਿੰਦੇ, ਜਿਹੜੇ ਕਹਿੰਦੇ ਨੇ ਅਸੀਂ ਉੱਚੀ ਜਾਤੀ ਵਾਲੇ ਬ੍ਰਾਹਮਣ ਹਾਂ। ਹਜੇ ਵੀ ਕਈਆਂ ਦਾ ਰੱਟਾ ਚੱਲਦਾ ਹੈ ਕਿ ਸਾਡੀ ਜਾਤੀ ਉੱਚੀ ਹੈ, ਕਈਆਂ ਦੀ ਨੀਵੀਂ ਹੈ। ਪਰ ਕਲਗੀਧਰ ਮਹਾਰਾਜ ਨੇ ਜਾਤ ਪਾਤ ਭਾਈ ਮਿੱਟੀ ਹੈ, ਕੋਈ ਜਾਤ ਪਾਤ ਨਹੀਂ ਰੱਖੀ, ਕੋਈ ਫਰਕ ਨਹੀਂ ਰੱਖਿਆ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ, ਸਾਰਿਆਂ ਨੂੰ ਇੱਕੋ ਲੈਣ ਦੇ ਵਿੱਚ, ਇੱਕੋ ਪੰਕਤ ਦੇ ਵਿੱਚ ਭਾ ਕੇ ਅੰਮ੍ਰਿਤ ਛਕਾਇਆ ਜਾਂਦਾ, ਇੱਕੋ ਬਾਟੇ ਦੇ ਵਿੱਚ। ਜਾਤ ਪਾਤ ਸਾਰੀ ਮਿਟਾ ਦਿੱਤੀ ਗੁਰਮਤਿ ਨੇ। ਜਿਹੜੇ ਕਹਿੰਦੇ ਅਸੀਂ ਉੱਤਮ ਜਾਤ ਦੇ ਹਾਂ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਹੰਕਾਰੀ ਵਿਕਾਰੀ ਨੇ। ਤਿੰਨ ਮੰਗਾ ਜੇ ਤੁਝਾ ਧਿਆਏ ਦੇ, ਸਤਿਗੁਰੂ ਜੀ ਕਹਿੰਦੇ ਅਸੀਂ ਤੇ ਉਹਨਾਂ ਨੂੰ ਹੀ ਮੰਗਦੇ ਹਾਂ, ਉਹਨਾਂ ਦੀ ਚਰਨ ਸ਼ਰਨ ਮੰਗਦੇ ਹਾਂ ਜੇ ਤੁਝਾ ਧਿਆਏ ਦੇ, ਜਿਹੜੇ ਆਪ ਜੀ ਨੂੰ ਧਿਆਉਂਦੇ ਨੇ। ਇਸ ਕਰਕੇ ਆਓ ਆਪਾਂ ਵੀ 2 ਮਿੰਟ ਵਾਹਿਗੁਰੂ ਨੂੰ ਧਿਆਈਏ। ਕਿਰਪਾ ਮਿਹਰਾਮ ਕਰਨ ਸਤਿਗੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਨਾਮ ਦੇ ਨਾਲ ਜੁੜਨ ਦੀ ਲੋੜ ਹੈ। ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਨਾਮ ਦੀ ਲੜ ਲੱਗ ਜਾਓ। ਅੱਗੇ ਸਮਝਦੇ ਸੀ ਘਰੇ ਬਾਬੇ ਐਵੇਂ ਰੌਲਾ ਪਾਈ ਜਾਂਦੇ ਨੇ, ਪਰ ਵੇਖ ਲਓ ਸੰਗਤ ਜੀ ਅੱਜ ਨਾਵੇਂ ਸਲੋਕ ਦੇ ਅੰਦਰ ਸਤਿਗੁਰਾਂ ਨੇ ਸਾਰੇ ਭੇਦ ਖੋਲ੍ਹਦੇ ਕਿ ਜੇ ਮੜੀ ਮਸਾਣੀਆਂ 'ਤੇ ਜਾਵਾਂਗੇ ਦੁੱਖ ਆਪ ਨੂੰ ਹੈ, ਜੇ ਵੱਖਰੇ ਵੱਖਰੇ ਲਿਬਾਸ ਪਹਿਨਾਂਗੇ ਨਾ, ਕਦੀ ਤਾਂ ਗੁਰਸਿੱਖ ਬਣ ਗਏ ਅਤੇ ਕਦੀ ਫੈਸ਼ਨਦਾਰ ਬਣ ਗਏ, ਟੌਰੀ ਬਣ ਗਏ, ਮਨ ਦੇ ਕੰਨਾਂ ਦੇ ਵਿੱਚ ਮੁੰਦਰਾ ਪਾਲੀਆਂ, ਨੱਕਾਂ ਦੇ ਵਿੱਚ ਨੱਥ ਪਾਲੀ। ਸਤਿਗੁਰੂ ਜੀ ਕਹਿੰਦੇ ਕਦੀ ਤਾਂ ਕੋਈ ਭੇਸ ਧਾਰਨ ਕਰ ਲਿਆ, ਕਦੀ ਕੋਈ, ਫਿਰ ਦੁੱਖ ਹੀ ਦੁੱਖ ਨੇ ਸੰਗਤ ਜੀ। ਇਸ ਕਰਕੇ ਕਲਗੀਧਰ ਦਾ ਬਾਣਾ ਮਹਾਰਾਜ ਨੇ ਬਖਸ਼ਿਆ ਹੈ, ਉਹਨੂੰ ਗ੍ਰਹਿਣ ਕਰੋ। ਹਉਂ ਤੇ ਹਉਮੈ ਨੂੰ ਤਿਆਗੋ, ਜਾਤਾਂ ਪਾਤਾਂ ਸਾਰਿਆਂ ਨੂੰ ਤਿਆਗੋ, ਗੁਰੂ ਗ੍ਰੰਥ ਸਾਹਿਬ ਦੇ ਦਲ ਲੱਗੋ। ਉੱਤਮ ਜਾਤੀ ਅਤੇ ਖਾਲਸੇ ਪੰਥ ਦੀ ਹੈ, ਸਾਰੇ ਇੱਕੋ ਜਾਤੀ ਦੇ ਵਿੱਚ ਆਓ। ਹੰਕਾਰ ਵਿਕਾਰ ਨੂੰ ਤਿਆਗ ਕੇ, ਭੇਖਾਂ ਨੂੰ ਪਖੰਡਾਂ ਨੂੰ ਤਿਆਗ ਕੇ, ਵਰਤਾਂ ਨੂੰ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਬੜੀ ਸਤਿਗੁਰਾਂ ਨੇ ਕਿਰਪਾ ਮਿਹਰਾਮ ਕੀਤੀ, ਸਾਡੇ ਜਿੰਨੇ ਸੰਕੇ ਸੀ ਸਾਰੇ ਨਿਰਵਿਰਤ ਕਰਤੇ। ਹੁਣ ਜਿੰਨੇ ਨਹੀਂ ਮੰਨਣਾ ਉਹ ਕਰਮਾਂ ਦੀ ਮਾਰ ਸਹਿਲੇ, ਅਤੇ ਜਿੰਨੇ ਮੰਨਣੇ ਉਹ ਸੱਚਖੰਡ ਨੂੰ ਜਾ ਸਕਦਾ ਭਾਈ, ਉਹਦੇ ਵਾਸਤੇ ਬੂਹੇ ਖੁੱਲ੍ਹ ਜਾਣਗੇ, ਪਰ ਕੋਈ ਮੰਨ ਕੇ ਵੇਖੇ ਤਾਂ। ਇਸ ਕਰਕੇ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਅਖੀਰਲੀਆਂ ਪੰਕਤੀਆਂ ਪ੍ਰੇਮ ਸਤਿਕਾਰ ਦੇ ਨਾਲ ਪੜ੍ਹੀਏ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। ਤਿੰਨ ਮੰਗਾ ਜੇ ਤੁਝੈ ਧਿਆਏ ਦੇ,
वाहिगुरु जी का खालसा, वाहिगुरु जी की फतेह। हे अच्युत ही पार ब्रह्मा, अविनाशी अघनाश, हे पूरन हे सर्व मैं, दुख भंजन गुण तास, हे संगी हे निरंकार, हे निर्गुण सब टेका, हे गोविंद हे गुण निदान, जाके सदा विवेका, हे अपरंपर हर हरि, है पी होवनहार, हे संत है के सदा संग, निधाराया हे ठाकुर हाउ दासरु, मैं निर्गुण गुण नहीं कोय, नानक दीजै नाम दान, राखौ हिय करोय, आए प्रभु शरणागति, कृपा नित दयाल, एक अखर हर मन बसत, नानक होत निहाल। वाहिगुरु नाम जहाज है, चढ़े सो तरे पार, जो सरदा कर सीमते, गुर पाए उतारनहार। कथा निशा प्रत होत है, सुनो सुसिंग सुजाना, नानक गुरु गोविंद सिंह जी, करो सदा कल्याण। नानक गुरु गोविंद सिंह जी, करो सदा कल्याण। वाहिगुरु जी का खालसा, वाहिगुरु जी की फतेह। तू ठाकुर पुम पह अरदास।